ਹੈਲੋ एवरीवन ਅੱਜ ਆਪਾਂ ਪੰਜਾਬ ਪਟਵਾਰੀ ਦਾ ਜਿਹੜਾ ਐਗਰੀਕਲਚਰ ਸਿਲੇਬਸ ਹੈ ਉਸ ਦੀ ਪਹਿਲੀ ਲਾਈਨ ਜਿਹੜੀ ਦਿੱਤੀ ਗਈ ਹੈ ਰਬੀ ਐਂਡ ਖਰੀਫ ਕ੍ਰੋਪਸ ਉਸ ਦੇ ਬਾਰੇ ਜਿਹੜੀ ਆ ਪੜਨ ਜਾ ਰਹੇ ਹਾਂ ਰਬੀ ਕ੍ਰੋਪਸ ਹੁੰਦੀਆਂ ਹਾੜੀ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਉਹ ਤੇ ਜਿਹੜੀ ਸੌਣੀ ਦੀ ਜਿਹੜੀ ਫਸਲ ਹੁੰਦੀ ਹੈ ਉਹ ਉਸ ਉਸ ਨੂੰ ਜਿਹੜਾ ਸੌਣੀ ਦੀ ਫਸਲ ਨੂੰ ਖਰੀਫ ਕ੍ਰੋਪਸ ਕਿਹਾ ਜਾਂਦਾ ਹੈ ਤੇ ਹਾੜੀ ਜੀੜੇ ਫਸਲਾਂ ਹੁੰਦੀਆਂ ਉਸ ਨੂੰ ਰਬੀ ਕ੍ਰੋਪਸ ਕਿਹਾ ਜਾਂਦਾ ਹੈ ਇਹਦੇ ਵਿੱਚ ਜਿਹੜਾ ਕੁਐਸਚਨ ਬਹੁਤ ਵਾਰੀ ਪੇਪਰ ਦੇ ਵਿੱਚੋਂ ਐਗਰੀਕਲਚਰ ਜਿਹੜੇ ਸਬਜੈਕਟ ਵਿੱਚੋਂ ਪੁੱਛੇ ਜਾ ਚੁੱਕੇ ਨੇ ਤੇ ਇਹ ਜਿਹੜੀ ਕલ્ਟੀਵੇਸ਼ਨਸ ਹੁੰਦੀਆਂ ਇਹਨਾਂ ਨੂੰ ਆਪਾਂ ਜਿਹੜਾ ਹੈ ਹੁਣ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਹੈ ਰਾਈਸ ਰਾਈਸ ਯਾਨੀ ਕਿ ਚੌਨਾ ਚੌਨੇ ਦੀ ਜਿਹੜੀ ਹੈ ਕਾਸ਼ਤ ਇਹ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹ ਦੋਸਤੋ ਪਹਿਲਾਂ ਤਾਂ ਇਸ ਦਾ ਜਿਹੜਾ ਬੋਟੈਨੀਕਲ ਨੇਮ ਆਪਾਂ ਜਾਣ ਲੈਂਦੇ ਹਾਂ ਓਰੀਜ਼ਾ ਸੈਟੀਵਾ ਜਿਹੜਾ ਇਸ ਦਾ ਬੋਟੈਨੀਕਲ ਨੇਮ ਹੈ ਅਜਿਹੜਾ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਇਹ ਚੌਨੇ ਦੀ ਇੱਕ ਫਸਲ ਦਿਖਾਈ ਗਈ ਹੈ ਇਹ ਜਿਹੜੀ ਗ੍ਰੇਨਸ ਇਹ ਕਿਨੇ ਚੁੰਨੀ ਦੇ ਜਿਸ ਨੂੰ ਆਪਾਂ ਜਿਹੜੀ ਪ੍ਰੋਸੈਸ ਤੋਂ ਬਾਅਦ ਆਪਾਂ ਰਾਈਸ ਕਹਿ ਦਿੰਦੇ ਹਾਂ ਤੇ ਇਹ ਆਪਣੇ ਕੋਲ ਛੋਲ ਆ ਜਾਂਦੇ ਨੇ ਇਸ ਪਿਕਚਰ ਦੇ ਵਿੱਚ ਤੁਸੀਂ ਇੱਕ ਡਿਜ਼ੀਜ਼ ਦੇਖ ਰਹੇ ਹੋ ਇਸ ਜਿਹੜੀ ਸਾਈਡਾਂ ਤੇ ਜਿਹੜੀ ਬਰਨਸ ਯਾਨੀ ਕਿ ਚਿੱਟੇ ਜਿਹੜੇ ਕਲਰ ਦੀ ਆ ਉਹਦੇ ਨਾਲ ਚਿੱਟੇ ਦੇ ਨਾਲ ਇਹ ਜਿਹੜਾ ਇਹ ਲੁਕ ਕਲਰ ਦੀ ਜਿਹੜੀ ਆ ਸਿੰਪਟਮਸ ਜਿਹੜੇ ਆ ਰਹੇ ਨੇ ਇਹ ਦੋਸਤੋ ਖੈਰ ਡਿਜ਼ੀਜ਼ ਤੇ ਜਿਹੜੇ ਸਿੰਪਟਮਸ ਨੇ ਇਹ ਦੋਸਤੋ ਜ਼ਿੰਕ ਦੀ ਜਿਹੜੀ ਹੈ ਕਮੀ ਆ ਜਾਵੇ ਪਲਾਂਟ ਦੇ ਵਿੱਚ ਤਾਂ ਇਸ ਤਰ੍ਹਾਂ ਆਉਂਦੀ ਹੈ ਉਸ ਤੋਂ ਗਿਆ ਹੈ ਜਿਹੜੀ ਹੈ ਇੱਕ ਟਿਪ ਬਰਨ ਟਿਪ ਬਰਨ ਜਿਹੜੀ ਹੈ ਡਿਜ਼ੀਜ਼ ਹੁੰਦੀ ਹੈ ਇਸ ਦੇ ਵਿੱਚ ਜਿਹੜਾ ਪੱਤੇ ਜਿਹੜੇ ਉੱਤੋਂ ਉੱਤੋਂ ਜਿਹੜੇ ਆ ਸੁੱਕ ਜਾਂਦੇ ਨੇ ਪੀਲੇ ਪੈ ਜਾਂਦੇ ਨੇ ਇਹ ਦੋਸਤੋ ਟਿਪ ਬਰਨ ਡਿਜ਼ੀਜ਼ ਆਉਂਦੀ ਹੈ ਝੋਨੇ ਦੇ ਵਿੱਚ ਅੱਗੇ ਆਪਾਂ ਜਾਣਦੇ ਹਾਂ ਕਿ ਜਿਹੜੀ ਹੈ ਝੋਨੇ ਦੀ ਜਿਹੜੀ ਪ੍ਰੋਟੀਨ ਯਾਨੀ ਕਿ ਰਾਈਸ ਦੀ ਜਿਹੜੀ ਪ੍ਰੋਟੀਨ ਨੂੰ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਦੋਸਤੋ ਓਰੀਜ਼ਨਿਨ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਹੈ ਦੋਸਤੋ ਪ੍ਰੋਪਾਨਿਲ ਸਟੈਂਪ ਜਿਸ ਨੂੰ F34 ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਇਹ ਦੋਸਤੋ ਪੋਸਟ ਇਮਰਜੈਂਸ ਪੋਸਟ ਇਮਰਜੈਂਸ ਹੁੰਦਾ ਹੈ ਵਿੱਜਣ ਜਿਹੜੀ ਫਸਲ ਹੈ ਉਸ ਨੂੰ ਵਿੱਜਣ ਤੋਂ ਬਾਅਦ ਜਿਹੜੀ ਸਪਰੇ ਕਿਤੀ ਜਾਂਦੀ ਹੈ ਉਸ ਨੂੰ ਦੋਸਤੋ ਪੋਸਟ ਇਮਰਜੈਂਸ ਕਿਹਾ ਜਾਂਦਾ ਹੈ ਤੇ ਵਿੱਜਣ ਤੋਂ ਪਹਿਲਾਂ ਜਿਹੜੀ ਸਪਰੇ ਕਿਤੀ ਜਾਂਦੀ ਹੈ ਉਸ ਨੂੰ ਦੋਸਤੋ ਪ੍ਰੀ ਇਮਰਜੈਂਸ ਕਿਹਾ ਜਾਂਦਾ ਹੈ ਯਾਨੀ ਕਿ ਇਸ ਨੂੰ ਵਿੱਜਣ ਤੋਂ ਪਹਿਲਾਂ ਜਾਂ ਬਾਅਦ ਨਹੀਂ ਕਹਾਂਗੇ ਇਸ ਨੂੰ ਜਿਹੜਾ ਜਿਹੜੀ ਪਪਾ ਜਿਹੜਾ ਕ੍ਰੋਪਸ ਜਿਹੜੀ ਬੀਜੀ ਹੈ ਉਸ ਦੇ ਉਗਰਨ ਤੋਂ ਪਹਿਲਾਂ ਜਿਹੜੀ ਹੈ ਜਿਹੜੀ ਸਪਰੇ ਕਿੰਦੀ ਜਾਂਦੀ ਹੈ ਉਸ ਨੂੰ ਪ੍ਰੀਮਰਜੈਂਸ ਤੇ ਜਿਹੜੀ ਉਗਰਨ ਤੋਂ ਬਾਅਦ ਜਿਹੜੀ ਹੈ ਉਸ ਨੂੰ ਪੋਸਟ ਮਰਜੈਂਸ ਜਿਹੜਾ ਹੈ ਕਿਹਾ ਜਾਂਦਾ ਹੈ ਇਹ ਪ੍ਰੋਪਾਨਿਲ ਜਿਹੜੀ ਹੈ ਹਰਬੀਸਾਈਡ ਹੈ ਇਹ ਚੌਨੇ ਦੇ ਵਿੱਚ ਪੋਸਟ ਐਜ਼ ਅ ਪੋਸਟ ਮਰਜੈਂਸ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਹੈ ਬੈਂਥਿਓਕਾਰਬ ਬੈਂਥਿਓਕਾਰਬ ਜਿਹੜੀ ਹੈ 2 ਕਿਲੋ ਜਿਹੜੇ ਹੈ ਦੇ ਹਿਸਾਬ ਨਾਲ ਪੈਂਦੀ ਹੈ ਇਸ ਦਾ ਐਕਟਿਵ ਇਨਗਰੀਡੀਐਂਟ ਹੈ ਇਹ ਹੈਕਟੇਰ ਪਰ ਹੈਕਟੇਰ ਹੈਕਟੇਰ ਜਿਹੜੀ ਹੈ ਅ ਚਟਾਈ ਕਿੱਲਿਆਂ ਨੂੰ ਆਪਾਂ ਜਿਹੜਾ ਇੱਕ ਹੈਕਟੇਅਰ ਕਹਿ ਦਿੰਦੇ ਹਾਂ ਬੈਂਤੀਓਕਾਰਪ ਜਿਹੜੀ ਹੈ ਐਟ 3 ਰੇਟ 2 ਹੈਕਟੇਅਰ ਜਿਹੜਾ ਐਕਟਿਵ ਇਨਗਰੀਡੀਐਂਟ ਪੈਂਦਾ ਹੈ ਤੇ ਇਸ ਨੂੰ ਆਪਾਂ ਪ੍ਰੀ ਇਮਰਜੈਂਸ ਕਹਿ ਦਿੰਦੇ ਹਾਂ ਯਾਨੀ ਕਿ ਜਿਹੜੀ ਫਸਲ ਦੇ ਉਗਰਨ ਤੋਂ ਜਿਹੜਾ ਪਹਿਲਾਂ-ਪਹਿਲਾਂ ਜਿਹੜੀ ਆਪਾਂ ਸਪਰੇਅ ਕਰ ਦਿੰਦੇ ਹਾਂ ਉਸ ਨੂੰ ਆਪਾਂ ਪ੍ਰੀ ਇਮਰਜੈਂਸ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਹੈ origin ਜਿਹੜਾ ਹੈ ਰਾਈਸ ਦਾ ਚੌਨੇ ਦਾ ਜਿਹੜਾ ਜਿਹੜਾ origin ਯਾਨੀ ਕਿ ਕਿੱਥੋਂ ਹੈ origin ਹੋਇਆ ਇਹ ਦੋਸਤੋਂ ਇੰਡੋਬਰਮਾਇਸ ਦਾ ਜਿਹੜਾ ਹੈ origin ਹੈ ਦੋਸਤੋ ਜਿਹੜੀ ਰਾਈਸ ਜਿਹੜੀ ਹੈ ਸੈਲਫ ਪੋਲੀਨੇਟਿਡ ਕ੍ਰੋਪਸ ਹੈ ਯਾਨੀ ਕਿ ਇਸ ਦੇ ਜਿਹੜੇ ਹੈ ਪੋਲੀਨੇਸ਼ਨ ਇਸ ਦੇ ਉੱਤੇ ਹੀ ਹੋ ਜਾਂਦੀ ਹੈ ਇਹਦੇ ਉੱਤੇ ਹੀ ਜਿਹੜੇ ਮੇਲ ਤੇ ਫੀਮੇਲ ਜਿਹੜੇ ਫਲਾਵਰ ਲੱਗਦੇ ਨੇ ਉਸ ਤੋਂ ਅੱਗੇ ਦੋਸਤੋ ਜਿਹੜਾ ਗ੍ਰੇਨ ਜਾਂ ਗ੍ਰੇਨ ਜਾਂ ਕ੍ਰੋਪਸ ਜਿਹੜੀ ਹੈ ਇਹ ਲੈਂਮਾ ਤੇ ਪੈਲੀਆਂ ਨੂੰ ਜਿਹੜਾ ਹੱਲ ਕੇ ਆ ਜਾਂਦਾ ਹੈ ਇਹ ਮੈਂ ਤੁਹਾਨੂੰ ਦੱਸ ਦੇਣਾ ਕਿ ਅਜੀ ਵਿੱਚ ਚੋਲ ਹੈ ਇਹਦੇ ਉੱਤੇ ਜਿਹੜਾ ਛਿਲਕਾ ਹੁੰਦਾ ਹੈ ਇੱਕ ਛਿਲਕਾ ਇਹਦੇ ਥੱਲੇ ਹੁੰਦਾ ਹੈ ਇੱਕ ਥੋੜਾ ਜਿਹਾ ਉੱਤੇ ਚੜਿਆ ਹੁੰਦਾ ਹੈ ਉਸ ਜਿਹੜੇ ਛਿਲਕੇ ਦੋਨੇ ਛਿਲਕਿਆਂ ਨੂੰ ਆਪਾਂ ਹਲਕਾ ਦੇ ਦਿੰਦੇ ਆ ਤੇ ਇੱਕ ਜਿਹੜਾ ਪਹਿਲਾ ਛਿਲਕਾ ਹੁੰਦਾ ਉਹ ਨੂੰ ਆਪਾਂ ਲੈਮਾ ਕਹਿ ਦਿੰਦੇ ਆ ਤੇ ਦੂਜੇ ਨੂੰ ਆਪਾਂ ਪੇਲੀਆ ਕਹਿ ਦਿੰਦੇ ਆ ਆ ਤੁਸੀਂ ਲੈਮਾ ਤੇ ਪੇਲੀਆ ਉਸ ਤੋਂ ਅੱਗੇ ਹੈ ਦੋਸਤੋ ਟੈਸਟ weight ਟੈਸਟ weight ਯਾਨੀ ਕਿ ਜਿਹੜਾ ਹਜ਼ਾਰ ਦਾਣਿਆਂ ਦਾ ਜਿਹੜਾ ਵਜ਼ਨ ਹੈ ਇਹ ਦੋਸਤੋ ਚੋਨੇ ਦੇ ਵਿੱਚ 25 ਗ੍ਰਾਮ ਹੁੰਦਾ ਹੈ ਉਸ ਤੋਂ ਕੀ ਹੈ ਰਾਈਸ ਸਟੈਮ ਯਾਨੀ ਕਿ ਚੌਨੇ ਦੀ ਜੜੀ ਸਟੈਮ ਹੁੰਦੀ ਹੈ ਜਿਹੜੀ ਟਾਣੀ ਹੁੰਦੀ ਹੈ ਉਸ ਨੂੰ ਜਿਹੜਾ ਹੈ ਹਲਮ ਕਿਹਾ ਜਾਂਦਾ ਹੈ ਜਾਂ ਉਸ ਨੂੰ ਕਲਮ C U L M ਕਲਮ ਕਿਹਾ ਜਾਂਦਾ ਹੈ ਚੌਨੇ ਦੀ ਜਿਹੜੀ ਇਨਫਲੋਰਸੈਂਸ ਉਹ ਸਪਾਈਕ ਯਾਨੀ ਕਿ ਸਿੱਟੀਆਂ ਤੇ ਜੰਦੀ ਹੈ ਜਿਹੜੇ ਸਿੱਟੇ ਹੁੰਦੇ ਨੇ ਚੌਨੇ ਦੇ ਉਹਦੀ ਇਨਫਲੋਰਸੈਂਸ ਸਪਾਈਕ ਤੇ ਹੁੰਦੀ ਹੈ ਉਸ ਤੋਂ ਗਿਆ ਦੋਸਤੋ ਕਿਹੜੇ ਕਦੋ-ਕਦੋ ਐਸਡੀ ਜਿਹੜੀਆਂ ਸੋਇਂਗ ਕਿਤੀ ਜਾਂਦੀ ਹੈ ਇਹ ਕਦੋ-ਕਦੋ ਜਿਹੜੀ ਹੈ ਛੋਨੇ ਦੀ ਫਸਲ ਬਿਜੀ ਬਿਜੀ ਜਾਂਦੀ ਹੈ ਜਾਂ ਲਾਈ ਜਾਂਦੀ ਹੈ ਛੋਨੇ ਦੀ ਜਿਹੜੀ ਫਸਲ ਹੈ ਸਭ ਤੋਂ ਪਹਿਲਾਂ ਇਹਦੀ ਜਿਹੜਾ ਬਿਜਾਈ ਆਪਾਂ ਅਪ੍ਰੈਲ ਮਈ ਦੇ ਵਿੱਚ ਜਿਹੜਾ ਕਰ ਦਿੰਦਿਆਂ ਉਸ ਤੋਂ ਬਾਅਦ ਜਿਹੜੀ ਹੈ ਨਰਸਰੀਆਂ ਦੀ ਕੀ ਸੀਡਲਿੰਗਸ ਜਿਹੜੀਆਂ ਪਨੀਰੀ ਪਨੀਰੀ ਜਿਹੜੀ ਜਦੋਂ ਤਿਆਰ ਹੁੰਦੀ ਹੈ ਉਸ ਤੋਂ ਆਪਾਂ ਪੁੱਟ ਕੇ ਜਿਹੜਾ ਟ੍ਰਾਂਸਪਲੈਂਟ ਜਿਹੜਾ ਫੀਲਡ ਜਿੱਥੇ ਆਪਾਂ ਲਾਣਾ ਹੈ ਕੱਦੂ ਕੀਤਾ ਹੋਇਆ ਹੈ ਪਟਨਿੰਗ ਕੀਤਾ ਹੋਇਆ ਜਿਹੜਾ ਫੀਲਡ ਹੁੰਦਾ ਹੈ ਉਸ ਦੇ ਵਿੱਚ ਆਪਾਂ ਟ੍ਰਾਂਸਪਲੈਂਟ ਕਰਦੇ ਹਾਂ ਜਿਹੜੀ ਉਸ ਜਿਹੜੀ ਉਸ ਜਿਹੜੀ ਸੋਇੰਗ ਟਾਈਮ ਹੈ ਅਪ੍ਰੈਲ ਮਈ ਦੇ ਵਿੱਚ ਕੀਤੀ ਜਾਂਦੀ ਹੈ ਜਿਹੜਾ ਅਮਨ ਯਾ ਖਰੀਫ ਸੀਜ਼ਨ ਦੀ ਜਿਹੜੀ ਕ੍ਰੋਪਸ ਹੁੰਦੀ ਹੈ ਉਸ ਦੀ ਜਿਹੜੀ ਹੈ ਬਿਜਾਈ ਦੋਸਤੋ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ ਉਸ ਤੋਂ ਅਗੇ ਬੋਰੋ ਬੋਰੋ ਜਿਹੜਾ ਰਾਈਸ ਹੁੰਦਾ ਹੈ ਇੱਕ ਗੜ ਜਿਸ ਨੂੰ ਆਪਾਂ ਗਟੂ ਰਾਈਸ ਕਹਿ ਦਿੰਦੇ ਹਾਂ ਗਟੂ ਰਾਈਸ ਦੀ ਜਿਹੜੀ ਹੈ ਸਪ੍ਰਿੰਗ ਸੀਜ਼ਨ ਦੇ ਵਿੱਚ ਆਉਂਦਾ ਹੈ ਉਸ ਦੀ ਜਿਹੜੀ ਸੋਇੰਗ ਹੈ ਨਵੰਬਰ ਦਸੰਬਰ ਦੇ ਵਿੱਚ ਕੀਤੀ ਜਾਂਦੀ ਹੈ ਉਸ ਤੋਂ ਅਗੇ ਵੈਰੈਟੀਜ਼ ਵੈਰੈਟੀਜ਼ ਦੋਸਤੋ ਸਭ ਤੋਂ ਪਹਿਲੇ ਜਿਹੜੀ ਹੈ TN1 ਜਿਹੜੀ ਹੈ ਇਸ ਦੀ ਵੈਰੈਟੀ ਹੈ ਇਹ ਦੋਸਤੋ DG Hujin ਤੇ Tsai Yungchung ਇਹਨਾਂ ਦੋਨਾਂ ਜਿਹੜੀ ਕ੍ਰੋਸਿੰਗ ਤੋਂ ਜਿਹੜੀ ਹੈ TN1 ਵੈਰੈਟੀ ਬਣਾਈ ਗਈ ਹੈ ਇਸ ਤੋਂ ਬਾਅਦ ਜਿਹੜੀ ਹੈ ਆਈ ਆਰ 8 ਆਈ ਆਰ 8 ਜਿਹੜੀ ਹੈ ਵੈਰੈਟੀ ਬਣਾਈ ਗਈ ਸੀ ਜਿਸ ਦੀ ਜਿਹੜੀ ਹੈ ਅ ਜਿਸ ਦੇ ਜਿਹੜੇ ਪੱਤੇ ਨੇ ਉਹ ਤੋਂ ਜਿਹੜੇ ਆ ਪੂਰੇ ਰੰਗ ਦੇ ਸੀ ਉਸ ਤੋਂ ਅੱਗੇ ਹੈ ਦੋਸਤੋ ਆਇਰਨ ਟੌਕਸਿਸਿਟੀ ਤੁਹਾਡੇ ਕੋਲ ਵੈਰੈਟੀਆਂ ਦੇ ਵਿੱਚ ਸਿਰਫ ਐਨਾ ਹੀ ਪੁੱਛਿਆ ਜਾਊਗਾ ਕਿ ਪਹਿਲੀ ਵੈਰੈਟੀ ਕਿਹੜੀ ਸੀ ਟੀ ਐਨ 1 ਜਾਂ ਆਈ ਆਰ 8 ਜਿਹੜੀ ਹੈ ਵੈਰੈਟੀ ਉਹ ਕੀ ਸੀ ਇਹ ਇੱਕ ਕੁਐਸਚਨ ਹੋਊ ਪੁੱਛ ਲੈਂਦੇ ਆ ਕਿ ਜਾਇਆ ਜਿਹੜੀ ਵੈਰੈਟੀ ਹੈ ਜਾਇ ਚੌਨੇ ਦੀ ਹੀ ਇੱਕ ਵੈਰੈਟੀ ਹੈ ਉਹ ਕਿਸ ਦੀ ਕਰੋਸਿੰਗ ਹੈ ਇਹ ਦੋਸਤੋ ਟੀ ਐਮ ਜਿਹੜੀ ਹੈ 1 ਤੇ ਟੀ ਐਨ 141 ਦੀ ਜਿਹੜੀ ਹੈ ਇਹ ਕਰੋਸਿੰਗ ਹੈ ਐਨ ਦੀ ਜ ਦੋਨਾਂ ਦੀ ਜਿਹੜੀ ਕਰੋਸਿੰਗ ਤੋਂ ਜਿਹੜੀ ਹੈ ਜਾਇਆ ਵੈਰੈਟੀ ਬਣਾਈ ਗਈ ਹੈ ਉਸ ਤੋਂ ਅਗੇ ਦੋਸਤੋ ਆਇਰਨ ਟੌਕਸਿਸਿਟੀ ਯਾਨੀ ਕਿ ਲੋਹੇ ਦੀ ਜਿਹੜੀ ਕਮੀ ਹੁੰਦੀ ਹੈ ਜਾਂ ਜ ਜਿਹਦੇ ਵਿੱਚ ਲੋਹਾ ਜਾਂ ਜ਼ਿਆਦਾ ਹੋ ਜਾਂਦਾ ਹੈ ਉਸ ਦੇ ਕਾਰਨ ਕੀ ਹੁੰਦਾ ਹੈ ਉਸ ਦੇ ਵਿੱਚ ਜਿਹੜਾ ਬ੍ਰਾਉਨਿੰਗ ਯਾਨੀ ਕਿ ਪੂਰੇ ਰੰਗ ਦੀ ਜਿਹੜੀ ਹੈ ਉਹ ਜਿਹੜੀ ਚੋਨਾ ਪੂਰੇ ਰੰਗ ਦਾ ਹੋਣਾ ਸਟਾਰਟ ਹੋ ਜਾਂਦਾ ਹੈ ਉਸ ਤੋਂ ਗੇ ਫਾਲਗੁਨਾ ਵੈਰਾਈਟੀ ਇਹ ਬਹੁਤ ਇੰਪੋਰਟੈਂਟ ਹੈ ਤੁਸੀਂ ਇਸ ਨੂੰ ਯਾਦ ਕਰ ਲੈਣਾ ਹੈ ਫਾਲਗੁਨਾ ਜਿਹੜੀ ਵੈਰਾਈਟੀ ਹੈ ਇਹ ਟੋਲਰੈਂਸ ਹੈ ਆਇਰਨ ਟੌਕਸਿਸਿਟੀ ਯਾਨੀ ਕਿ ਜੇਕਰ ਉਸ ਦੇ ਵਿੱਚ ਆਇਰਨ ਦੀ ਜਿਹੜੀ ਮਾਤਰਾ ਵਧ ਵਧ ਵੀ ਜਾਵੇ ਤਾਂ ਉਸ ਜਿਹੜੇ ਫਸਲ ਨੂੰ ਕੋਈ ਨੁਕਸਾਨ ਨਹੀਂ ਪੈਂਦਾ ਉਸ ਜਿਹੜੀ ਵੈਰਾਈਟੀ ਦਾ ਨਾ ਫਾਲਗੁਨਾ ਉਸ ਤੋਂ ਗਿਆ ਪਡਲਿੰਗ ਪਡਲਿੰਗ ਜਿਹੜੀ ਹੈ ਪਡਲਿੰਗ ਤੁਸੀਂ ਦੇਖਿਆ ਹੁਣ ਕਦੂ ਖੜੇ ਪਾਣੀ ਦੇ ਵਿੱਚ ਜਿਹੜਾ ਹੈ ਟਰੈਕਟਰ ਦੇ ਮਗਰ ਕਲਟੀਵੇਟਰ ਜਾਂ ਰੋਟੋਵੇਟਰ ਪਾ ਕੇ ਜਿਹੜਾ ਹੈ ਉਸ ਨੂੰ ਕਦੋਂ ਕੀਤਾ ਜਾਂਦਾ ਹੈ ਉਸ ਉਹ ਕਦੋਂ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਉਸ ਦੀ ਜਿਹੜੀ ਹੈ ਪਲਕ ਡੈਨਸਿਟੀ ਜਿਹੜੀ ਹੈ ਇਨਕਰੀਜ਼ ਹੋ ਉਸਕੇ ਉਸ ਦੋਸਤੋ ਕਿੰਨੀ ਹੋ ਸਕੀ 1.4 ਤੋਂ ਲੈ ਕੇ 1.7 ਡਾਇਗ੍ਰam ਪਰ ਸੀਸੀ ਇਹਦੇ ਵਿੱਚ ਕੀ ਕੀ ਹੁੰਦਾ ਹੈ ਕਿ ਜਿਹੜੇ ਮਾਈਕਰੋਪੋਰਸ ਨੇ ਉਹ ਸਾਰੇ ਬੰਦ ਹੋ ਜਾਂਦੇ ਨੇ ਤੇ ਜਿਹੜਾ ਪਾਣੀ ਉਥਲਦੇ ਜਾਣਾ ਬੰਦ ਹੋ ਜਾਂਦਾ ਹੈ ਇਸ ਕਰਕੇ ਆਪਾਂ ਜਿਹੜਾ ਹੈ ਕੱਦੂ ਕਰਦੇ ਹਾਂ ਉਸ ਤੋਂ ਅੱਗੇ ਦੋਸਤੋ ਸੋਇੰਗ ਟਾਈਮ ਜਿਹੜਾ ਆਟਮ ਰਾਈਸ ਦਾ ਜਿਹੜਾ ਹੈ ਯਾਨੀ ਕਿ ਜਿਹੜੇ ਪੱਤ ਜੜ ਦੇ ਵਿੱਚ ਜਿਹੜੀ ਹੈ ਰਾਈਸ ਬੀਜੀ ਜਾਂਦੀ ਹੈ ਉਸ ਦਾ ਜਿਹੜਾ ਸੋਇੰਗ ਟਾਈਮ ਕੀ ਹੈ ਦੋਸਤੋ ਇਹ April May ਦੇ ਮਹੀਨੇ ਦੇ ਵਿੱਚ ਜਿਹੜੀ ਹੈ ਬੀਜੀ ਜਾਂਦੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿਸ ਸੋਇੰਗ ਟਾਈਮ ਜਿਹੜਾ ਬੋਰੋ ਰਾਈਸ ਗੱਟੂ ਰਾਈਸ ਦਾ ਜਿਹੜਾ ਹੈ ਸੋਇੰਗ ਟਾਈਮ ਯਾਨੀ ਕਿ ਬਿਜਾਈ ਕਰਨ ਦਾ ਸਮਾਂ ਉਹ ਕਿਹੜਾ ਹੈ ਇਹ ਦੋਸਤੋ ਨਵੰਬਰ ਤੇ ਦਸੰਬਰ ਮਹੀਨੇ ਦੇ ਵਿੱਚ ਪਿੱਛ ਜਾਂਦੀ ਹੈ ਉਸ ਤੋਂ ਬਾਅਦ ਹੈ ਰਾਈਸ ਇਨਫਲੋਰੇਸੈਂਸ ਜਿਹੜੀ ਹੈ ਕਿੱਥੇ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਹੈ ਰਾਈਸ ਦੀ ਇਨਫਲੋਰੇਸੈਂਸ ਜਿਹੜੀ ਹੈ ਉਹ ਸਪਾਈਕ ਯਾਨੀ ਕਿ ਸਿੱਟੇ ਤੇ ਹੁੰਦੀ ਹੈ ਤੇ ਉਸ ਜਿਹੜੇ ਪ੍ਰੋਸੈਸ ਨੂੰ ਆਪਾਂ ਪੈਨਿਕਲ ਕਹਿੰਦੇ ਹਾਂ ਉਸ ਤੋਂ ਅੱਗੇ ਹੈ ਦੋਸਤੋ ਰਾਈਸ ਜਿਹੜਾ ਹੈ ਉਹ ਕਿਹੜਾ ਪਲਾਂਟ ਹੈ ਕਿਸ ਟਾਈਪ ਦਾ ਜਿਹੜਾ ਪਲਾਂਟ ਹੈ ਇਹ ਦੋਸਤੋ ਛੋਟੇ ਪਲਾਂਟ ਹੈ ਕਿਉਂਕਿ ਇਸ ਨੂੰ ਜਿਹੜੀ ਹੈ ਸੂਰਜ ਦੀ ਦੀ ਰੋਸ਼ਨੀ ਜਿਹੜੀ ਹੈ ਘੱਟ ਲੋੜ ਹੁੰਦੀ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਾਰਡੀਨਲ ਟੈਂਪਰੇਚਰ ਕਾਰਡੀਨਲ ਟੈਂਪਰੇਚਰ ਜਿਹੜਾ ਹੈ ਜਦੋਂ ਆਪਾਂ ਰਾਈਸ ਨੂੰ ਆਪਾਂ ਸੋ ਕਰਦੇ ਹਾਂ ਉਦੋਂ ਜਿਹੜਾ ਟੈਂਪਰੇਚਰ ਉਹ ਕਿੰਨਾ ਹੁੰਦਾ ਦੋਸਤੋ ਯਾਨੀ ਕਿ ਤਾਪਮਾਨ ਉਦੋਂ ਜਿਹੜਾ ਹੈ 30 ਤੋਂ 32 ਜਿਹੜਾ ਡਿਗਰੀ ਸੈਲਸੀਅਸ ਜਿਹੜਾ ਹੈ ਤਾਪਮਾਨ ਹੁੰਦਾ ਹੈ 30°C ਜਿਹੜਾ ਸੈਲਸੀਅਸ ਉਸ ਤੋਂ ਗਿਆ ਜਿਹੜਾ ਰਾਈਸ ਦਾ ਜਿਹੜਾ ਫਰੂਟ ਹੁੰਦਾ ਹੈ ਇਹ ਤੁਸੀਂ ਫਰੂਟ ਦੇਖਿਆ ਹੋਣਾ ਕਿ ਇਸ ਤਰ੍ਹਾਂ ਦਾ ਜਿਹੜਾ ਹੈ ਫਰੂਟ ਹੁੰਦਾ ਹੈ ਇਹ ਜਿਹੜੇ ਦਾਣੇ ਲੱਗੇ ਹੁੰਦੇ ਨੇ ਇਸ ਨੂੰ ਦੋਸਤੋ ਕੇਰੀਓਪਸਿਸ ਕਿਹਾ ਜਾਂਦਾ ਹੈ ਉਸ ਤੋਂ ਗਿਆ ਵਾਈਡਲੀ ਯੂਜ਼ ਨਾਈਟrogenous ਫਰਟੀਲਾਈਜ਼ਰ ਯਾਨੀ ਕਿ ਨਾਈਟrogen ਦੀ ਜਿਹੜੀ ਫਰਟੀਲਾਈਜ਼ਰ ਜਿਹੜੀ ਸਭ ਤੋਂ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਝੋਨੇ ਦੇ ਵਿੱਚ ਉਹਦਾ ਨਾਮ ਹੈ ਦੋਸਤੋ ਅਮੋਨੀਅਮ ਸਲਫੇਟ ਉਸ ਤੋਂ ਕੀ ਦੋਸਤੋ ਜਿਹੜਾ ਪੀ ਐਚ ਜਿਹੜੀ ਹੈ ਉਹ ਕਿੰਨੀ ਚਾਹੀਦੀ ਹੁੰਦੀ ਹੈ ਜਦੋਂ ਆਪਾਂ ਚੋਨਾ ਜਾਂ ਲਾਉਂਦੇ ਹਾਂ ਉਹ ਦੋਸਤੋ 4 ਤੋਂ 6 ਜਿਹੜੀ ਹੈ ਯਾਨੀ ਕਿ ਐਸਿਡਿਕ ਜਿਹੜੀ ਹੈ ਸੋਇਲ ਹੋਣੀ ਚਾਹੀਦੀ ਹੈ 4 ਤੋਂ 6 ਜਿਹੜੀ ਪੀ ਐਚ ਹੋਣੀ ਚਾਹੀਦੀ ਹੈ ਉਸ ਤੋਂ ਗਿਆ ਮੈਟ ਟਾਈਪ ਨਰਸਰੀ ਮੈਟ ਟਾਈਪ ਨਰਸਰੀ ਤੁਸੀਂ ਦੇਖਿਆ ਹੋਣਾ ਕਿ ਇੱਕ ਇਸ ਤਰ੍ਹਾਂ ਦੀ ਜਿਹੜੀ ਹੈ ਨਰਸਰੀ ਇਸ ਤਰ੍ਹਾਂ ਦੀ ਜਿਹੜੇ ਬੈਡ ਬਣਾ ਲਏ ਜਾਂਦੇ ਹੈ ਤੇ ਉਹਦੇ ਵਿੱਚ ਜਿਹੜੀ ਹੈ ਜਿਹੜੇ ਬੀਜ ਸੋ ਕੀਤੇ ਜਾਂਦੇ ਨੇ ਜਦੋਂ ਉਹ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਉਸ ਜਿਹੜਾ ਪੂਰੇ ਪੂਰੇ ਜਿਹੜਾ ਹਿੱਸੇ ਨੂੰ ਕੱਟ ਕੇ ਤੇ ਉਹ ਜਿਹੜੀ ਚੁੰਨ ਲਾਉਣ ਵਾਲੀ ਮਸ਼ੀਨ ਹੈ ਉਹਦੇ ਮਗਰ ਜਿਹੜਾ ਪਾਇਆ ਜਾਂਦਾ ਇਸ ਤੋਂ ਵਿੱਚ ਜਿਹੜਾ ਉਹ ਜਿਹੜਾ ਸਿਡਲਿੰਗਸ ਕੱਟ-ਕੱਟ ਕੇ ਉਹ ਜਿਹੜਾ ਪਾਣੀ ਦੇ ਵਿੱਚ ਜਿਹੜੀ ਹੈ ਲਾ ਦਿੰਦੀ ਹੈ ਆ ਜਿਹੜੀ ਮੈਟ ਟਾਈਪਸ ਜਾਂਦੀ ਕਿ ਇਸ ਨੂੰ ਰਾਉਂਡ ਕਰਕੇ ਜਾਂ ਉਸ ਤੇ ਜਿਹੜਾ ਮਸ਼ੀਨ ਤੇ ਮਗਰ ਇੱਕ ਸਟੈਂਡ ਬਣਿਆ ਹੁੰਦਾ ਉਸ ਤੇ ਉੱਤੇ ਜਿਹੜੇ ਆ ਲਏ ਜਾਂਦੇ ਨੇ ਇਸ ਨੂੰ ਆਪਾਂ ਮੈਟ ਟਾਈਪ ਨਰਸਰੀ ਕਹਿ ਦਿੰਦੇ ਆ ਇਹ ਕਿਸ ਤੇ ਜਿਹੜਾ ਰਿਲੇਟਡ ਹੈ ਦੋਸਤੋ ਚੌਨੇ ਦੇ ਨਾਲ ਰਿਲੇਟਡ ਹੈ ਦੋਸਤੋ ਗਿਆਬਾਸ ਉੱਤੇ ਆਪਾਂ ਕੀਤਾ ਸੀਗਾ ਕਿ ਟੈਸਟ weight ਜਿਹੜਾ ਸੀਗਾ ਉਹ ਚੌਨੇ ਦਾ ਕਿੰਨਾ ਸੀਗਾ ਯਾਨੀ ਕਿ 1000 ਜਣਾ ਜਿਹੜਾ ਵਜ਼ਨ ਉਹ 25 ਗ੍ਰਾਮ ਸੀ ਇੱਥੇ ਆਪਾਂ ਬਾਸਮਤੀ ਰਾਈਸ ਦੀ ਗੱਲ ਕਰ ਰਹੇ ਹਾਂ ਨਾ ਕਿ ਆਪਾਂ ਪਰਮਲਰਾਇਸ ਦੀ ਬਾਸਮਤੀ ਰਾਈਸ ਦੀ ਜਿਹੜੀ ਹੈ ਅਹ uh, ਟੈਸਟ weight ਇਹ ਦੋਸਤੋ 21 ਗ੍ਰਾਮ ਹੁੰਦਾ ਹੈ ਉਸ ਤੋਂ ਬਾਅਦ ਹਮ ਜਿਹੜੀ ਕ੍ਰਿਟੀਕਲ ਸਟੇਜਿਸ ਨੇ ਯਾਨੀ ਕਿ ਜਿੱਥੇ ਅ ਜਿਸ ਜਿੱਥੇ ਕ੍ਰੋਪ ਨੂੰ ਜਿਹੜਾ ਹੈ ਚੌਂਦੇ ਦੀ ਕ੍ਰੋਪ ਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੈ ਉਹ ਜਿਹੜੀ ਕ੍ਰੋ ਉਹ ਜਿਹੜੀ ਸਟੇਜ ਹੈ ਉਸ ਨੂੰ ਆਪਾਂ ਬੂਟਿੰਗ ਕਹਿੰਦੇ ਆ ਜਦਾ ਬੂਟਿੰਗ ਦੋਸਤੋ ਅ ਜਿਵੇਂ ਆ ਚੌਂਦੇ ਦਾ ਜਿਹੜਾ ਬੁੱਟਾ ਹੈ ਇਸ ਦੀ ਜਿਹੜੇ ਪਹਿਲੀ ਜਿਹੜੀ ਪੱਤਾ ਹੁੰਦਾ ਉਸ ਨੂੰ ਆਪਾਂ ਸੈਡਲਿੰਗ ਕਹਿ ਦਿੰਦੇ ਆ ਇਸ ਤੋਂ ਜਿਹੜਾ ਜਿਹੜਾ ਹੈ ਉਸ ਜਿਹੜਾ ਜਦੋਂ ਬੁੱਟਾ ਮਾਰਨਾ ਸਟਾਰਟ ਹੁੰਦਾ ਹੈ ਜਾਂ ਬੁੱਝਾ ਮਾਰਨਾ ਸਟਾਰਟ ਹੁੰਦਾ ਹੈ ਉਸ ਨੂੰ ਆਪਾਂ ਜਿਹੜਾ ਹੈ ਟਿਲ 딜 드링크 ਕਰ ਦਿੰਦੇ ਆ ਉਸ ਤੋਂ ਬਾਅਦ ਜਿਹੜਾ ਹੈ ਬੁੱਟਾ ਜਿਹੜਾ ਅਕੀਪਦਨਾ ਸਟਾਰਟ ਹੁੰਦਾ ਉਸ ਨੂੰ ਬੂਟਿੰਗ ਸਟੇਜ ਕਿਹਾ ਦਿੰਦੇ ਆ ਉਸ ਤੋਂ ਗਿਆ ਬਾਇਓ ਫਰਟੀਲਾਈਜ਼ਰ ਜਿਹੜੀ ਰਾਈਸ ਯਾਨੀ ਕਿ ਚੌਨੇ ਦੇ ਵਿੱਚ ਜਿਹੜੀ ਹੈ ਬਾਇਓ ਫਰਟੀਲਾਈਜ਼ਰ ਜਿਹੜੀ ਵਰਤੀ ਜਾਂਦੀ ਹੈ ਉਸ ਦਾ ਨਾਂ ਹੈ ਅਜੋਲਾ ਸੀਡਲਿੰਗ ਸੀਡਲਿੰਗ ਜਿਹੜੀ ਹੈ ਰੈਡੀ ਟ੍ਰਾਂਸਪਲੈਂਟ ਡੈਪੋਗ ਮੈਥਡ ਦੇ ਵਿੱਚ ਡੈਪੋਗ ਮੈਥਡ ਜਿਹੜਾ ਰਾਈਸ ਦੇ ਵਿੱਚ ਇੱਕ ਫੋਲੋ ਕੀਤਾ ਜਾਂਦਾ ਹੈ ਜਿਹੜੀ 12 ਤੋਂ 14 ਦਿਨਾਂ ਬਾਅਦ ਜਿਹੜੀ ਹੈ ਉਹ ਚੌਨੇ ਦੀ ਜਿਹੜੀ ਸੀਡਲਿੰਗ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਉਸ ਨੂੰ ਟ੍ਰਾਂਸਪਲੈਂਟ ਕਰ ਸਕਦੇ ਆ ਉਸ ਤੋਂ ਅੱਗੇ ਦੋਸਤੋ ਜਿਹੜਾ ਮੋਸਟ ਡੋਮੀਨੈਂਟ ਵੀਡ ਸਪੀਸੀਜ਼ ਯਾਨੀ ਕਿ ਚੌਨੇ ਦੇ ਵਿੱਚ ਜਿਹੜਾ ਹੈ ਸਭ ਤੋਂ ਜਿਹੜਾ ਤੰਗ ਜਿਹੜਾ ਵੀਡ ਕਰਦਾ ਹੈ ਉਸ ਦਾ ਨਾਮ ਦੋਸਤੋ ਇਕਨਾ ਇਕ ਕੋਨਾ ਕੋਲਾ ਜਿਹੜਾ ਸਪੀਸੀਜ਼ ਜਿਹੜੇ ਆ ਵੀਡ ਚੌਨੇ ਦੇ ਵਿੱਚ ਬਹੁਤ ਜ਼ਿਆਦਾ ਤੰਗ ਕਰਦੇ ਨੇ ਉਸ ਤੋਂ ਅੱਗੇ ਆ ਵਾਈਟ ਰਾਈਸ ਵਾਈਟ ਆਈ ਚੌਨੇ ਦੇ ਵਿੱਚ ਜਿਹੜੀ ਚਿੱਟੀ ਅੱਖ ਬਣ ਜਾਂਦੀ ਹੈ ਇਹ ਦੋਸਤੋ ਜਦੋਂ ਲੋਹੇ ਦੀ ਕਮੀ ਜਾਂ ਆਇਰਨ ਦੀ ਜਿਹੜੀ ਕਮੀ ਆ ਜਾਵੇ ਤਾਂ ਉਹ ਵਾਈਟਾਈਟ ਜਿਹੜੀ ਡਿਜ਼ੀਜ਼ ਹੋ ਜਾਂਦੀ ਹੈ ਜਿਹੜੀ ਚੋਨੇ ਦੇ ਵਿੱਚ ਜ ਗੈਸ ਜਿਹੜੀ ਪੈਦਾ ਹੁੰਦੀ ਹੈ ਜਿਹੜੀ ਚੋਨੇ ਦੇ ਵਿੱਚੋਂ ਗੈਸ ਨਿਕਲਦੀ ਰਹਿੰਦੀ ਹੈ ਉਸ ਦਾ ਦੋ ਨਾਂ ਹੈ ਦੋਸਤੋ CH4 ਇਹਨੂੰ ਆਪਾਂ ਮੀਥੇਨ ਵੀ ਕਹਿ ਦਿੰਦੇ ਹਾਂ ਉਸ ਤੋਂ ਅੱਗੇ ਆ ਦੋਸਤੋ ਜਿਹੜੀ ਹਾਈਐਸਟ ਨਾਈਟ੍ਰੋਜਨ ਲੋਸਿਸ ਨੇ ਯਾਨੀ ਕਿ ਨਾਈਟ੍ਰੋਜਨ ਜਿਹੜੀ ਹੈ ਉਹ ਨੁਕਸਾਨ ਹੁੰਦਾ ਹੈ ਜਿਹੜਾ ਫੀਲਡ ਦੇ ਵਿੱਚ ਉਹ ਡੀਨਾਈਟ੍ਰਿਫੀਕੇਸ਼ਨ ਹੁੰਦਾ ਹੈ ਯਾਨਕਿ ਜਦੋਂ ਆਪਾਂ ਯੂਰੀਆ ਅਪਲਾਈ ਕਰਦੇ ਹਾਂ ਯਾਨਕਿ ਯੂਰੀਆ ਦਿਖਾ ਦਦੋਂ ਚੋਨੇ ਦੇ ਵਿੱਚ ਸਿੱਟਦੇ ਹਾਂ ਤਾਂ ਅੱਧੀ ਜਿਹੜੀ ਹੈ ਉਹ ਲੀਚ ਡਾਊਨ ਹੋ ਜਾਂਦੀ ਹੈ ਪਾਣੀ ਦੇ ਨਾਲ ਥੱਲੇ ਚੱਲੀ ਜਾਂਦੀ ਹੈ ਅੱਧੀ ਜਿਹੜੀ ਹੈ ਉਹ ਉੱਡ ਜਾਂਦੀ ਹੈ ਤੇ ਜਿਹੜੀ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਜਿਹੜੀ ਹੈ ਪlant ਨੂੰ ਮਿਲ ਪੰਦੀ ਹੈ ਇਸ ਨੂੰ ਆਪਾਂ ਇੱਕ ਡੀਨਾਈਟ੍ਰਿਫੀਕੇਸ਼ਨ ਕਹਿੰਦੇ ਨੇ ਆ ਜਿਹੜੀ ਹੈ ਉੱਡ ਕੇ ਜਿਹੜੇ ਐਵਪੋਟ ਟ੍ਰਾਂਸਪੀਰੇਸ਼ਨ ਦੇ ਨਾਲ ਚੱਲੀ ਜਾਂਦੀ ਹੈ ਉਸ ਤੋਂ ਅੱਗੇ ਆ ਦੋਸਤੋ ਪੈਰ ਐਂਡ ਯੂਟੇਰਾ ਪੈਰ ਐਂਡ ਯੂਟੇਰਾ ਜਿਹੜੇ ਕ੍ਰੋਪਿੰਗ ਸਿਸਟਮ ਹੈ ਇਹ ਦੋਸਤੋ ਰਾਈਸ ਦੇ ਨਾਲ ਝੋਨੇ ਦੇ ਨਾਲ ਜਿਹੜੇ ਹੈ ਰਿਲੇਟਿਡ ਨੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਿਹੜਾ ਜੀਨ ਹੈ ਜਿਹੜਾ ਕਿ ਰਿਸਪੌਂਸ ਟੂ ਡਵਾਰਫਨੈਸ ਯਾਨੀ ਕਿ ਜਿਹੜੀ ਹੈ ਉਹ ਜਿਹੜਾ ਰਾਈਸ ਦਾ ਜਿਹੜਾ ਪਲਾਂਟ ਇੱਕ ਜਿਹੜਾ ਲੰਬਾ ਹੁੰਦਾ ਉਸ ਨੂੰ ਆਪਾਂ ਟਾਲ ਜਿਹੜਾ ਟਾਲਟ ਲੈਂਡ ਕਹਿ ਦਿੰਦੇ ਹਾਂ ਲੰਬਾ ਤੇ ਉਸ ਨੂੰ ਜਿਹੜਾ ब्रीड कर करके जो छोटा बनाया गया है उसके जरा जीन का नाँ है दोस्तों डी जी वू जीन जोड़ा हैसिबल है डॉर्पनैस यानी कि छोटी उसमें जोड़ा है छोटा हिट देने वास्ते, उस तो अगर दोस्तों स्पेसिंग यानी कि राइस के स्पेसिंग यानी कि प्लांट तो प्लांट जिमें बूटा है झोने का यह दूसरा बूटा है ये दोस्तों यह जरा ਇਸ ਤਰ੍ਹਾਂ ਦੇ ਜਿਵੇਂ ਚਾਰ ਬੁੱਟੇ ਨੇ ਆ ਪਲਾਂਟ ਤੋਂ ਪਲਾਂਟ ਜਿਹੜੀ ਹੈ ਡਿਸਟੈਂਸ ਹੋ ਗਈ ਤੇ ਆ ਜਿਹੜੀ ਹੈ ਰੋ ਤੋਂ ਰੋ ਡਿਸਟੈਂਸ ਹੋ ਗਈ ਪਲਾਂਟ ਤੋਂ ਪਲਾਂਟ ਜਿਹੜੀ ਹੈ ਡਿਸਟੈਂਸ ਦੋਸਤੋ ਇਹ 10 ਸੈਂਟੀਮੀਟਰ ਰੱਖੀ ਜਾਂਦੀ ਹੈ ਤੇ ਜਿਹੜੀ ਰੋ ਤੋਂ ਰੋ ਜਿਹੜੀ ਹੈ 20 ਸੈਂਟੀਮੀਟਰ ਰੱਖੀ ਜਾਂਦੀ ਹੈ ਦੋਸਤੋ ਗਏ ਦੋਸਤੋ ਖੈਰਾ ਡਿਜ਼ੀਜ਼ ਖੈਰਾ ਡਿਜ਼ੀਜ਼ ਜਿਹੜੀ ਹੈ ਜ਼ਿੰਕ ਦੀ ਡੈਫੀਸ਼ੀਐਂਸੀ ਦੇ ਵਿੱਚ ਆਉਂਦੀ ਹੈ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਕ ਪਿਕਚਰ ਵਿਖਾਈ ਸੀ ਜਿਹੜੀ ਹੈ ਖੈਰਾ ਡਿਜ਼ੀਜ਼ ਜ਼ਿੰਕ ਦੀ ਕਮੀ ਦੇ ਕਾਰਨ ਆਉਂਦੀ ਸੀ ਜਿਹੜੀ ਆਈ ਸੀ ਉਹਦੇ ਵਿੱਚ ਦੋਸਤੋ ਪੱਤੇ ਜਿਹੜੇ ਸੀਗੇ ਉਹ ਵਾਈਟ ਕਲਰ ਦੇ ਹੋਏ ਸੀ ਉਹਦੇ ਵਿੱਚ ਪਿਕਚਰ ਦੇ ਵਿੱਚ ਤੇ ਜਿਹੜਾ ਨਾਲੇ ਨਾਲੇ ਉਹਦੇ ਵਿੱਚ ਜਿਹੜਾ येलो ਕਲਰ ਦੇ ਜਿਹੜੇ ਸਿੰਪਟਮਸ ਆਪਾਂ ਨੂੰ ਦੇਖਣ ਨੂੰ ਮਿਲੇ ਸੀ ਇਹ ਦੋਸਤੋ ਕੈਰਾ ਡਿਜ਼ੀਜ਼ ਜਿਹੜੀ ਹੈ ਜ਼ਿੰਕ ਦੀ ਕਮੀ ਦੇ ਕਾਰਨ ਆਉਂਦੀ ਹੈ ਨੈਕਸਟ ਜਿਹੜੀ ਖਰੀਫ ਕ੍ਰੋਪ ਯਾਨੀ ਸੋਨੀ ਦੀ ਫਸਲ ਹੈ ਉਸ ਨੂੰ ਆਪਾਂ ਗੱਲ ਕਰਦੇ ਹਾਂ ਉਸ ਦਾ ਨਾਮ ਹੈ ਮੇਜ਼ ਯਾਨੀ ਕਿ ਮੱਕੀ ਉਸ ਦਾ ਜਿਹੜਾ ਬੋਟੈਨੀਕਲ ਨੇਮ ਹੈ ਉਸ ਦਾ ਨਾਮ ਹੈ ਜ਼ੀਆ ਮੇਜ਼ ਐਲ ਐਲ ਜਿਹੜਾ ਲਿੰਨ ਜਿਹੜਾ ਸਾਇੰਟਿਸਟ ਜਿਹੜੇ ਜਿਹੜੇ ਸਾਇੰਟਿਸਟ ਨੇ ਇਹਦਾ ਨਾਮ ਦਿੱਤਾ ਸੀ ਉਹ ਤਾਂ ਨਾਮ ਜਿਹੜਾ ਪਿੱਛੇ ਲੱਗ ਜਾਂਦਾ ਹੈ ਜ਼ੀਆ ਮੇਜ਼ ਐਲ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਮੱਕੀ ਹੈ ਛੱਲੀ ਹੈ ਇਹ ਜਿਹੜੇ ਤਾਗੇ ਤੁਸੀਂ ਦੇਖਿਓਨੇ ਇਹਨੂੰ ਆਪਾਂ ਸਿਲਕ ਕਹਿ ਦਿੰਨੇ ਆ ਸਿਲਕ ਤੇ ਆ ਜਿਹੜਾ ਇਸ ਪਿਕਚਰ ਦੇ ਵਿੱਚ ਤੁਸੀਂ ਆ ਜਿਹੜੇ ਉੱਤੇ ਜਿਹੜੀ ਸਟਰਕਚਰ ਜਿਹੀ ਬਣੀ ਹੋਈ ਦੇਖ ਰਹੇ ਹੋ ਯਾਨੀ ਕਿ ਫੋਲ ਜਿਹੜੇ ਦੇਖ ਰਹੇ ਹੋ ਇਸ ਨੂੰ ਆਪਾਂ ਟੈਸਲ ਕਹਿ ਦਿੰਦੇ ਹਾਂ ਟੈਸਲਸ ਮੈ ਇਸ ਇੱਕ ਨੌਨ ਟਿਲਰ ਪਲਾਂਟ ਹੈ ਯਾਨੀ ਕਿ ਉਹਦੀ ਜਿਹੜੀ ਹੈ ਟਿਲਰਿੰਗਸ ਨਹੀਂ ਬਣਦੀ ਹੈ ਟਿਲਰਿੰਗਸ ਮੀਨਸ ਜਿਹੜਾ ਉਹ ਬੁੱਝਾ ਨਹੀਂ ਮਾਰਦਾ ਉਹ ਜਿਹੜਾ ਇੱਕ ਜਿਹੜਾ ਪਲਾਂਟ ਹੈ ਤਾਂ ਇੱਕੋ ਹੀ ਜਿਹੜਾ ਹੈ ਗਰੋ ਕਰੂਗਾ ਅੱਗੇ ਆ ਗੱਲ ਕਰਦੇ ਹਾਂ ਮੱਕੀ ਦੇ ਬਾਰੇ ਮੱਕੀ ਜਿਹੜੀ ਵੈਰਾਈਟੀ ਏ ਕ੍ਰੋਸ ਪੋਲੀਨੇਟਿਡ ਕ੍ਰੋਪ ਜਿਹੜੀ ਹੈ ਲੱਗ ਗਿਆ ਇਹਦੇ ਵਿੱਚ ਜਿਹੜਾ ਹੈ ਮੇਲ ਤੇ ਫੀਮੇਲ ਫਲਾਵਰ ਹੈ ਇੱਕੋ ਪਲਾਂਟ ਤੇ ਹੁੰਦੇ ਨੇ ਤੇ ਇਹਨਾਂ ਜਿਹੜੇ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਤਾਗ ਜੀ ਜਿਹੜੇ ਸਟਰਕਚਰ ਹੈ ਉਸ ਨੂੰ ਆਪਾਂ ਸਿਲਕ ਕਹਿ ਦਿੰਦੇ ਹਾਂ ਤੇ ਜਿਹੜੀ ਉੱਤੇ ਜਿਹੜੇ ਉਫਲ ਜਿ ਬਣੇ ਹੋਏ ਸੀ ਉਸ ਨੂੰ ਆਪਾਂ ਟੈਸਲਸ ਕਹਿ ਦਿੰਦੇ ਹਾਂ ਉਸ ਜਿਹੜੇ ਟੈਸਲਸ ਨੇ ਇਹ ਜਿਹੜੇ ਆਪਦੇ ਜਿਹੜੇ ਫੁੱਲ ਨੇ ਇਹ ਸਿਲਕ ਦੇ ਉੱਤੇ ਜਿਹੜੇ ਝਾੜ ਦਿੰਦੇ ਨੇ ਤੇ ਇੱਥੋਂ ਜਿਹੜਾ ਹੈ ਜਿਹੜੀ ਮੱਕੀ ਬਣਨੀ ਸਟਾਰਟ ਹੋ ਜਾਂਦੀ ਹੈ ਤੇ ਉਹਨਾਂ ਦੀ ਫਰਟੀਲਾਈਜੇਸ਼ਨ ਸਟਾਰਟ ਹੋ ਜਾਂਦੀ ਹੈ ਸੋ ਇਹ ਟਾਈਮ ਆਪਾਂ ਵੇਖ ਲੈਂਦੇ ਆ ਕਿ ਕਦੋਂ ਇਹ ਬੀਜੀ ਜਾਂਦੀ ਹੈ ਇਹ ਮਈ ਜੂਨ ਦੇ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ ਖਰੀਫ ਜਿਹੜੀ ਮੇਜ਼ ਖਰੀਫ ਮੱਕੀ ਹੁੰਦੀ ਹੈ ਸੋਨੇ ਦੀ ਜਿਹੜੀ ਮੱਕੀ ਹੁੰਦੀ ਹੈ ਇਸ ਨੂੰ ਜਿਹੜਾ ਟੈਂਪਰੇਚਰ ਦੋਸਤੋ 32 ਡਿਗਰੀ ਸੈਲਸੀਅਸ ਜਿਹੜਾ ਚਾਹੀਦਾ ਹੁੰਦਾ ਹੈ ਉਸ ਤੋਂ ਅੱਗੇ ਵੀ ਜਿਹੜਾ ਕਿੰਨਾ ਬੀਜ ਪੈਂਦਾ ਸੀਟ ਰੇਟ ਆਪਾਂ ਦੇਖ ਲੈਂਦੇ ਹਾਂ 6 ਤੋਂ 8 ਕਿਲੋ ਜਿਹੜਾ ਪਰ ਏਕੜ ਦੇ ਹਿਸਾਬ ਨਾਲ ਹੈ ਯਾਨੀ ਕਿ 1 ਕਿਲੋ ਦੇ ਵਿੱਚ ਜਿਹੜਾ 6 ਤੋਂ 8 ਕਿਲੋ ਜਿਹੜਾ ਬੀਜ ਪੈਂਦਾ ਹੈ ਵੈਰਾਈਟੀ ਵੈਰਾਈਟੀ ਦੀ ਆਪਾਂ ਗੱਲ ਕਰੀਏ ਤਾਂ ਇੱਕ ਇਹਦੇ ਵਿੱਚ ਗੰਗਾ 1 ਗੰਗਾ 101 ਡੈਕਨ ਰਣਜੀਤ ਹੋ ਗਿਆ ਮਾਹੀ ਕੰਚਨ ਹੈਨਾ ਮਾਹੀ ਦਵਨ ਇਹ ਜਿਹੜੀਆਂ ਵੈਰਾਈਟੀਆਂ ਨੇ ਉਸ ਦਾ ਟੌਪ ਕ੍ਰੋਸ ਜਿਹੜੀ ਵੈਰਾਈਟੀਆਂ ਨੇ ਉਹਨੂੰ ਗੰਗਾ 2 ਹਾਈ ਸਟਾਰਚ ਸ਼ਕਤੀਮਾਨ 1 ਸ਼ਕਤੀਮਾਨ 2 ਐਂਡ ਐਚਕਯੂਪੀਐਮ ਹਾਈ ਕੁਆਲਿਟੀ ਜਿਹੜੀ ਮੇਜ਼ ਪ੍ਰੋਟੀਨ ਹੁੰਦੀ ਹੈ ਉਹ ਐਚਕਯੂਪੀਪੀਐਮ ਆ ਪੀਐਮ ਦੀ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਹੈ ਪ੍ਰੋਟੀਨ ਦੀ ਜਿਹੜੀ ਹੈ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਐਚਕਯੂਪੀਐਮ ਜਿਹੜੀ ਵਨ ਦੇ ਵਿੱਚ ਇਹ ਜਿਹੜੀ ਵੈਰਾਈਟੀਆਂ ਨੇ ਤੁਸੀਂ ਯਾਦ ਕਰ ਲੈਣੀਆਂ ਨਾਲ ਦੇ ਨਾਲ ਇਹਨਾਂ ਸੌਂ ਹੀ ਟਾਈਮ ਤੇ ਸੀਟ੍ਰੇਟ ਵੀ ਤੁਸੀਂ ਯਾਦ ਕਰਨਾ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮੱਕੀ ਦੇ ਮੱਕੀ ਦੀ ਚਲੀ ਦੇ ਵਿੱਚ ਜਿਹੜਾ ਹੈ ਮੱਕੀ ਦੀ ਚਲੀ ਪੀਲੀ ਕਿਉਂ ਹੁੰਦੀ ਹੈ ਇਹ ਲੋਕਦਰ ਦੀ ਕਿਉਂ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕ੍ਰਿਪਟੋਜ਼ੈਂਥਿਨ ਜਿਹੜਾ ਪਿਗਮੈਂਟ ਪਾਇਆ ਜਾਂਦਾ ਹੈ ਕ੍ਰਿਪਟੋਕਸੈਂਥਿਨ ਉਸ ਤੋਂ ਗਿਆ ਦੋਸਤੋ ਮੇਜ ਜਿਹੜਾ ਪੋਸੈਸਿਵ ਯਾਨੀ ਕਿ ਅ ਅਨਾਜ ਦੇ ਵਿੱਚ ਜਿਹੜਾ ਹੈ ਮੇਜ ਸਭ ਤੋਂ ਵਧੀਆ ਪਲਾਂਟ ਵਧੀਆ ਕ੍ਰੋਪ ਮੰਨੀ ਜਾਂਦੀ ਹੈ ਕਿਉਂਕਿ ਇਹਦਾ ਜਿਹੜਾ ਯੀਲਡ ਵੀ ਜਿਹੜੀ ਹੈ ਝਾੜ ਵੀ ਜਿਹੜਾ ਹੈ ਜ਼ਿਆਦਾ ਰਹਿੰਦਾ ਹੈ ਉਸ ਤੋਂ ਗਿਆ ਮੇਜ ਪ੍ਰੋਟੀਨ ਨੂੰ ਜਿਹੜਾ ਹੈ ਜ਼ਿੰਨ ਕਿਹਾ ਜਾਂਦਾ ਹੈ ਜਿਹੜੀ ਰਾਈਸ ਦੀ ਜਿਹੜੀ ਪ੍ਰੋਟੀਨ ਸੀ ਉਸ ਨੂੰ ਆਪਾਂ ਓਰੇਜਿਨਿਨ ਕਿਹਾ ਸੀਗਾ ਓਰੇਜਿਨਿਨ ਤੇ ਇਸ ਮੇਜ਼ ਦੀ ਜਿਹੜੀ ਪ੍ਰੋਟੀਨ ਨੂੰ ਆਪਾਂ ਜ਼ਿੰਨ ਕਹ ਦਿੰਦੇ ਆ ਜ਼ਿੰਨ ਜਿਹੜੀ ਪ੍ਰੋਟੀਨ ਹੈ ਮੇਜ਼ ਦੇ ਵਿੱਚ ਮੱਕੀ ਦੇ ਵਿੱਚ ਉਹਦੇ ਵਿੱਚ ਦੋਸਤੋ ਟ੍ਰिप्टੋਫੈਨ ਇਹ ਜਿਹੜੇ ਮਾਈਨੋ ਐਸਿਡਸ ਨੇ ਟ੍ਰिप्टੋਫੈਨ ਤੇ ਲਾਈਨ ਡੈਲਾਈਸਿਨ ਇਹ ਜਿਹੜਿਆ ਜ਼ਿੰਨ ਪ੍ਰੋਟੀਨ ਦੇ ਵਿੱਚ ਨਹੀਂ ਹੁੰਦੇ ਉਸ ਅੱਗੇ ਦੋਸਤੋ ਮੇਜ਼ ਨੂੰ ਜਿਹੜਾ ਹੈ ਯਾਨੀ ਕਿ ਮੱਕੀ ਨੂੰ ਜਿਹੜਾ ਜਰਮੀਨੇਸ਼ਨ ਯਾਨੀ ਕਿ ਜਦੋਂ ਉਹ ਬੀਜ ਆਪਸ ਹੋ ਕੀਤਾ ਸੀ ਉਦੋਂ ਜਿਹੜੀ ਜਰਮੀਨੇਸ਼ਨ ਸਟਾਰਟ ਹੋਏ ਜਦੋਂ ਜਦੋਂ ਉਹ ਬੀਜ ਬੰਗ ਰਿਹਾ ਹੈ ਉਦੋਂ ਉਹਦਾ ਜਿਹੜਾ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ ਹੈ ਇਹ ਦੋਸਤੋ 1°C ਜਿਹੜਾ ਟੈਂਪਰੇਚਰ ਹੋਣਾ ਚਾਹੀਦਾ ਹੈ ਉਸ ਤੋਂ ਅਗੇ ਮੇਜ਼ ਮੇਜ਼ ਦੀ ਜਿਹੜੀ ਸੈਂਸਿਟਿਵ ਜਿਹੜੀ ਵਾਟਰ ਲੋਕਿੰਗ ਯਾਨੀ ਕਿ ਜਿੱਥੇ ਪਾਣੀ ਖੜਾ ਹੋ ਜਾਵੇ ਤਾਂ ਇਹ ਜਿਹੜੀ ਹੈ ਜਿਹੜਾ ਮੇਜ਼ ਦਾ ਜਿਹੜਾ ਮੇਜ਼ ਮੱਕੀ ਦੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਉਹ ਡਿੱਗ ਪੈਂਦੀ ਹੈ ਉਸ ਜਿਹੜੀ ਖਰਾਬ ਹੋ ਜਾਂਦੀ ਹੈ ਉਸ ਤੋਂ ਅੱਗੇ ਦੋਸਤੋ ਮੇਜ਼ ਦੀ ਜਿਹੜੀ ਸੋਇੰਗ ਹੈ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਦੋਸਤੋ ਈਸਟ-ਵੈਸਟ ਜਿਹੜੀ ਹੈ ਡਾਇਰੈਕਸ਼ਨ ਦੇ ਵਿੱਚ ਹੋਣੀ ਦੀ ਹੋਣੀ ਚਾਹੀਦੀ ਹੈ ਤਾਂ ਜੋ ਜਿਹੜੀ ਹੈ ਹਰ ਇੱਕ ਜਿਹੜਾ ਪlant ਹੁੰਦਾ ਹੈ ਉਸ ਨੂੰ ਜਿਹੜੀਆਂ ਸਨਰੇਜ਼ ਜਿਹੜੀਆਂ ਨੇ ਉਹ ਚੰਗੀ ਤਰ੍ਹਾਂ ਮਿਲ ਸਕਣ ਉਸ ਤੋਂ ਅੱਗੇ ਸੂਟੇਬਲ ਜਿਹੜਾ ਟੈਂਪਰੇਚਰ ਹੈ ਮੱਕੀ ਦੇ ਵਿੱਚ ਉਹ ਕਿੰਨਾ ਹੋਣਾ ਚਾਹੀਦਾ ਇਹ ਦੋਸਤੋ ਆਪਾਂ ਉੱਤੇ ਗੱਲ ਕੀਤਾ ਸੀ ਇਹ ਕਿਤੇ ਸੀ ਕਿਥੇ 32 ਡਿਗਰੀ ਸੈਲਸ ਜਿਹੜਾ ਹੈ ਟੈਂਪਰੇਚਰ ਹੋਣਾ ਚਾਹੀਦਾ ਹੈ ਉਸ ਤੋਂ ਅਗੇ ਦੋਸਤੋ ਜਿਹੜੀ ਹੈ ਹਰਬੀਸਾਈਡ ਕਾਮਨਲੀ ਜਿਹੜੀ ਹੈ ਯੂਜ਼ ਕੀਤੀ ਜਾਂਦੀ ਹੈ ਇਹ ਦੋਸਤੋ ਸਿਮਾਜਨ ਆਪਾਂ ਉਹਨੂੰ ਐਟਰਾਜਨ ਵੀ ਕਹਿ ਦਿੰਦੇ ਹਾਂ ਜਿਹੜੀ ਕਿ ਹਰਬੀਸਾਈਡ ਕੀਤੀ ਜਾਂਦੀ ਹੈ ਇਹ ਜਿਹੜੀ ਹਰਬੀਸਾਈਡ ਦੋਸਤੋ ਇਹ ਚੋੜੇ ਜਿਹੜੇ ਚੋੜੇ ਪੱਤੇ ਹੁੰਦੇ ਨੇ ਜਿਵੇਂ ਵੀਡ ਦੇ ਜਾਂ ਜਿਹੜੀ ਜਿਸ ਵੀ ਕ੍ਰੋਪ ਕ੍ਰੋਪ ਦੇ ਉਸ ਨੂੰ ਇਹ ਨੁਕਸਾਨ ਨਹੀਂ ਪਹੁੰਚਦੀ ਜਿਹੜੇ ਵੀਡਸ ਦੇ ਜਾਂ ਜਿਹੜੀ ਕ੍ਰੋਪਸ ਦੇ ਜਿਹੜੇ ਪਤਲੇ ਪੱਤੇ ਹੁੰਦੇ ਨੇ ਉਸ ਨੂੰ ਇਹ ਮਾਰ ਦਿੰਦੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਹਾਈਬ੍ਰਿਡ ਵੈਰਾਈਟੀ ਜਿਹੜੀ ਮੇਜ਼ ਦੀ ਉਹ ਕਿਹੜੀ ਖੜੀ ਹੈ ਉਹ ਸੰਗਮ ਤੇ ਗੰਗਾ ਸਫੇਦ ਜਿਹੜੀ ਹੈ ਹਾਈਬ੍ਰਿਡ ਵੈਰਾਈਟੀਆਂ ਨੇ ਉਸ ਤੋਂ ਗੇਮੇਜ਼ ਪਲਾਂਟ ਦੇ ਉੱਤੇ ਜਿਹੜੀ ਫਰਸਟ ਅਪੀਅਰੈਂਸ ਕਿਸਤੀ ਹੁੰਦੀ ਹੈ ਇਹ ਟੈਸਲਸ ਮਤਲਬ ਦੱਸਿਆ ਸੀ ਉਸ ਨੂੰ ਆਪਾਂ ਮੇਲ ਫਲਾਵਰ ਕਹਿ ਦਿੰਦੇ ਹਾਂ ਕਿ ਇਹ ਜਿਹੜਾ ਪਲਾਂਟ ਹੈ ਇਹਦੇ ਉੱਤੇ ਜਿਹੜਾ ਹੈ ਜਿਹੜੀ ਫਲਾਵਰਿੰਗ ਜੀ ਹੁੰਦੀ ਹੈ ਉਸ ਨੂੰ ਆਪਾਂ ਟੈਸਲਸ ਕਹਿ ਦਿੰਦੇ ਹਾਂ ਇਸ ਨੂੰ ਆਪਾਂ ਟੈਸਲਸ ਕਹਿ ਦਿੰਦੇ ਹਾਂ ਇਹ ਜਿਹੜਾ ਮੇਲ ਫਲਾਵਰ ਨੇ ਜਿਹੜੇ ਇਹਦੇ ਥੱਲੇ ਜਿਹੜੇ ਹੈ ਇੱਕ ਕੋਬ ਜੀ ਬਣਦੀ ਹੈ ਇਸ ਨੂੰ ਅਪਛਲਦੀ ਕਹਿੰਦੇ ਨੇ ਇੱਥੇ ਜਿਹੜੇ ਤੱਗ ਜੇ ਬਣਦੇ ਨੇ ਤੇ ਇੱਥੇ ਜਿਹੜੇ ਆ ਉਹ ਫੁੱਲ ਜਿਹੜੇ ਦੇ ਉੱਤੇ ਡਿੱਗ ਪੈਂਦੇ ਨੇ ਇੱਥੋਂ ਜਿਹੜੀ ਫਰਟੀਲਾਈਜੇਸ਼ਨ ਹੋ ਜਾਂਦੀ ਹੈ ਤੇ ਨਵੀਂ ਜਿਹੜੀ ਮੱਕੀ ਜਿੰਦਗੀ ਛੱਲੀ ਬਣ ਜਾਂਦੀ ਹੈ ਉਸ ਤੋਂ ਅਗੇ ਵਾਟਰ ਰਿਕੁਆਇਰਮੈਂਟ ਜਿਹੜੀ ਹੈ ਉਹ ਕਿੰਨੀ ਹੁੰਦੀ ਹੈ ਯਾਨੀ ਕਿ ਮੱਕੀ ਦੇ ਵਿੱਚ ਕਿੰਨਾ ਪਾਣੀ ਚਾਹੀਦਾ ਹੁੰਦਾ ਹੈ ਐਜ਼ ਜੇ ਮਾਰਿਸ਼ ਦੇ ਤੌਰ ਤੇ ਅਪਾ ਗੱਲ ਕਰੀਏ ਤਾਂ 500 ਲੈ ਕੇ 8 500 ਤੋਂ ਲੈ ਕੇ 800 ਐਮਐਮ ਦੀ ਜਿਹੜੀ ਹੈ ਵੱਟ ਰਿਕੁਆਇਰਮੈਂਟ ਹੁੰਦੀ ਹੈ ਉਸ ਤੋਂ ਗੇਹ ਪ੍ਰੋਟੀਨ ਕੰਟੈਂਟ ਜਿਹੜਾ ਮੇਜ਼ ਦੇ ਵਿੱਚ ਉਹ ਜਿਹੜਾ ਜ਼ਿੰ ਪ੍ਰੋਟੀਨ ਸੀ ਯਾਨੀ ਕਿ ਪ੍ਰੋਟੀਨ ਕੰਟੈਂਟ ਉਸ ਦਾ ਕਿੰਨਾ ਹੋਣਾ ਚਾਹੀਦਾ 10% ਉਸ ਤੋਂ ਬਾਅਦ ਹੈ ਰਬੀ ਮੇਜ਼ ਰਬੀ ਮੇਜ਼ ਜਿਹੜੀ ਹੈ ਸਭ ਤੋਂ ਜ਼ਿਆਦਾ ਬਿਹਾਰ ਦੇ ਵਿੱਚ ਜਿਹੜੀ ਹੈ ਉਗਾਈ ਜਾਂਦੀ ਹੈ ਹਰੜੀ ਦੀ ਜਿਹੜੀ ਮੱਕੀ ਹੈ ਉਹ ਬਿਹਾਰ ਦੇ ਵਿੱਚ ਉਗਾਈ ਜਾਂਦੀ ਹੈ ਉਸ ਤੋਂ ਅੱਗੇ ਦੋਸਤੋ ਵਾਈਟ ਬੱਟ ਵਾਈਟ ਬੱਟ ਦੇ ਜਿਹੜੇ ਡਿਜ਼ੀਜ਼ ਆਏ ਦੋਸਤੋ ਜ਼ਿੰਕ ਦੀ ਕਮੀ ਦੇ ਕਾਰਨ ਆਉਂਦੀ ਹੈ ਤੇ ਇਹ ਇਸ ਦੇ ਕਮੀ ਦੇ ਕਾਰਨ ਜਿਹੜੇ ਉੱਤੇ ਜਿਹੜੇ ਉੱਤੇ ਵਾਲੇ ਜਿਹੜੇ ਲੀव्स ਹੁੰਦੇ ਨੇ ਉੱਪਰ ਦੇ ਜਿਹੜੇ ਲੀव्स ਹੁੰਦੇ ਨੇ ਇਹ ਦੋਸਤੋ ਚਿੱਟੇ ਕਲਰ ਦੇ ਹੋ ਜਾਂਦੇ ਨੇ ਇਸ ਨੂੰ ਆਪਾਂ ਵਾਈਟ ਬੱਟ ਕਹਿ ਦਿੰਦੇ ਆ ਉਸ ਤੋਂ ਅਗੇ ਦੋਸਤੋ ਕ੍ਰਿਟੀਕਲ ਸਟੇਜਿਸ ਯਾਨੀ ਕਿ ਜਿੱਥੇ ਇਸ ਕ੍ਰੋਪ ਨੂੰ ਪਾਣੀ ਚਾਹੀਦਾ ਹੀ ਚਾਹੀਦਾ ਇਸ ਤੋਂ ਬਿਨਾ ਇਹ ਮਤਲਬ ਕ੍ਰੋਪ ਨਹੀਂ ਕਰ ਸਕਦੀ ਜਾਂ ਆਪਾਂ ਨੂੰ ਜਿਹੜੀ ਹੈ ਯੀਲਡ ਨਹੀਂ ਦੇ ਸਕਦੀ ਇਸ ਜਿਹੜੇ ਸਟੇजेस ਨੇ ਟੈਸਲਿੰਗ ਸਟੇਜ ਹੋਗੀ ਜਿੱਥੋਂ ਟੈਸਲਸ ਬਣਦੇ ਨੇ ਜਾਂ ਸਿਲਕਿੰਗ ਸਟੇਜ ਜਿੱਥੇ ਆ ਸਿਲਕਸ ਜਿਹੜੇ ਬਣਦੇ ਨੇ ਇਸ ਜਿਹੜੀ ਸਟੇਜ ਤੇ ਜਿਹੜੀ ਆ ਕਿ ਇਸ ਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੁੰਦਾ ਹੈ ਨੈਕਸਟ ਕ੍ਰੋਪ ਦੀ ਆਪਾਂ ਗੱਲ ਕਰਦੇ ਹਾਂ ਬਾਜਰਾ ਜਾਂ ਉਹਨੂੰ ਕਹਿੰਦੇ ਨੇ ਬਾਜਰੀ ਬਾਜਰਾ ਜਿਹੜੀ ਹੈ ਉਸਨੂੰ ਬੋਟੈਨੀਕਲ ਨੇਮ ਪੈਮਿਸ ਸਿਟਮ ਟਿਫੋਇਡਸ ਇਹ ਦਾ ਬੋਟੈਨੀਕਲ ਨੇਮ ਹੈ ਤੁਸੀਂ ਆ ਜਿਹੜਾ ਸਿੱਟਾ ਜਿਹੜਾ ਦੇਖ ਰਹੇ ਹੋ ਇਹ ਬਾਜਰੀ ਦਾ ਬਾਜਰੀ ਦਾ ਸਿੱਟਾ ਹੈ ਤੇ ਆ ਜਿਹੜੇ ਸੀਡਸ ਦੇ ਵੀ ਨੇ ਜਿਹੜੇ ਬਾਜਰੇ ਦੇ ਸੀਡਸ ਨੇ ਬੀਜ ਨੇ ਬਾਜਰੀ ਨੂੰ ਆਪਾਂ ਅਲੱਗ-ਅਲੱਗ ਨਾਮ ਨਾਲ ਜਾਣਦੇ ਹਾਂ ਜਿਵੇਂ ਕਿ ਇਹਨੂੰ ਕਟੇਲ ਮਿਲੇਟ ਕੈਂਡਲ ਮਿਲੇਟ ਡਾਰਕ ਮਿਲੇਟ ਸਪਾਈਕ ਮਿਲੇਟ ਇਸ ਤਰ੍ਹਾਂ ਦੇ ਨਾਮੇ ਇਸ ਨੂੰ ਆਪਾਂ ਜਾਣਦੇ ਹਾਂ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਜਿਹੜਾ ਫਰਸਟ ਪੋਜੀਸ਼ਨ ਲਹੀ ਹੈ बाजरे ਦੀ ਬਾਜਰਾ ਯਾਨੀ ਕਿ ਸਭ ਤੋਂ ਜ਼ਿਆਦਾ ਜਿਹੜਾ ਬੀਜਿਆ ਜਾਂਦਾ ਹੈ ਰਾਜਸਥਾਨ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਏਰੀਆ ਵੀ ਉਸੇ ਕੋਲ ਹੈ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਯਾਨੀ ਕਿ ਝਾੜ ਵੀ ਉਸੇ ਜਿਹੜਾ ਹੈ ਸਟੇਟ ਕੋਲ ਹੈ ਨੈਕਸਟ ਅੱਪਾ ਗੱਲ ਕਰਦੇ ਹਾਂ ਕਿ ਜਿਹੜਾ ਹੈ ਆਜਰ ਬਾਜਰੀ ਦੀ ਜਿਹੜੀ ਕ੍ਰੋਪ ਹੈ ਇਸ ਨੂੰ ਜਿਹੜਾ ਹੈ ਪਾਣੀ ਦੀ ਘਟ ਬਹੁਤ ਹੀ ਜ਼ਿਆਦਾ ਘਟ ਲੋਡ ਹੁੰਦੀ ਹੈ ਸੀਰੀਅਲਸ ਤੇ ਮਿਲਟਸ ਦੇ ਜੇ ਆ ਮੁਕਾਬਲੇ ਠੀਕ ਹੈ ਕਿਉਂਕਿ ਜਿਹੜੀ ਹੈ ਇਸ ਜਾਨੀ ਕਿ ਡੇਜ਼ਰਟ ਦੇ ਇਲਾਕੇ ਦੇ ਵਿੱਚ ਜ਼ਿਆਦਾ ਹੁੰਦੀ ਹੈ ਇਸ ਨੂੰ ਪਾਣੀ ਦੀ ਬਹੁਤ ਹੀ ਜ਼ਿਆਦਾ ਕਟ ਲੋੜ ਹੁੰਦੀ ਹੈ ਜਾਨੀ ਕਿ ਇਸ ਜੇਕਰ ਇਸ ਕ੍ਰੋਪ ਨੂੰ ਜਿਹੜੇ ਹੈ ਇੱਕ ਜਾਂ ਦੋ ਪਾਣੀ ਜੇ ਲੱਗ ਜਾਣਾ ਤਾਂ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੇ ਅਗ੍ਯਾ ਪੱਗਲ ਕਰਦੇ ਹਾਂ ਕਿ ਸੋਈਂਗ ਟਾਈਮ ਜਾਨੀ ਕਿ ਕਦੋਂ ਇਹ ਬੀਜੀ ਜਾਂਦੀ ਹੈ ਇਹ ਦੋਸਤੋ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਬੀਜੀ ਜਾਂਦੀ ਹੈ ਉਸ ਅੱਗੇ ਵੈਰਾਈਟੀਆਂ ਕਿਹੜੀ ਕਿਹੜੇ ਨੇ ਇਹਦੇ ਵਿੱਚ ਪਹਿਲੀ ਵੈਰਾਈਟੀ ਹੈ ਟਿਫਟ 23 GF23 ਇਹਦੇ ਵਿੱਚ ਜਿਹੜੀ ਹੈ ਮੇਲ ਸਟੈਰਾਈਲ ਲਾਈਨ ਜਿਹੜੀ ਹੁੰਦੀ ਹੈ ਇਹਦੇ ਵਿੱਚ ਅ ਤੁਸੀਂ ਆਹੀ ਜਿਹੜਾ ਵਰਡ ਤੁਸੀਂ ਯਾਦ ਕਰ ਲੈਣਾ ਇਹ ਦੋਸਤੋਂ ਪlant ਬਰੀਡਿੰਗ ਦੇ ਵਿੱਚ ਆਉਂਦਾ ਹੈ ਮੇਲ ਸਟੈਰਾਈਲ ਜਿਹੜੀ ਲਾਈਨ ਪਰਲ ਮੀਨਟਾ ਜਾਨਕੀ ਬਾਜਰੇ ਦੀ ਹੁੰਦੀ ਹੈ ਇਹ ਦੋਸਤੋਂ ਉਸ ਤੋਂ ਅੱਗੇ ਇਹ ਜਿਹੜਾ ਪੁਆਇੰਟ ਹੈ ਬਹੁਤ ਇੰਪੋਰਟੈਂਟ ਹੈ ਫਰਸਟ ਹਾਈਬ੍ਰਿਡ ਵੈਰੈਟੀ ਬਾਜਰੇ ਦੀ ਪੁੱਛ ਲੈਂਦੇ ਆ ਇਹ ਦੋਸਤੋਂ HB1 ਹੈ ਇਹ 1965 ਦੇ ਵਿੱਚ ਰਿਲੀਜ਼ ਹੋਈ ਸੀ ਲੁਧਿਆਣਾ ਤੋਂ ਇਹਦਾ ਜਿਹੜਾ ਕ੍ਰੋਸ ਹੈ ਇਹਦਾ ਜਿਹੜਾ ਕ੍ਰੋਸ ਹੈ 80 टिफ्ट 23 ਨਾਲ ਤੇ ਇੱਕ ਬਿੱਲ 3B ਜਿਹੜੀ ਵੈਰੈਟੀ ਹੈ ਇਸ ਨਾਲ ਕਰਵਾਇਆ ਗਿਆ ਸੀਗਾ ਉਸ ਤੋਂ ਅੱਗੇ ਆ ਦੋਸਤੋ HHB 67 BJ104 ਤੇ ਪੁੱਸਾ ਮੋਤੀ ਇਹ ਜਿਹੜੀ ਜਿਹੜੀ ਹੋਰ ਵੈਰੈਟੀਆਂ ਨੇ ਇਹ ਬਾਜਰੇ ਦੀਆਂ ਵੈਰੈਟੀਆਂ ਨੇ ਅੱਗੇ ਆਪਾਂ ਗੱਲ ਕਰਦੇ ਹਾਂ ਅਗਲੀ ਨੈਕਸਟ ਕ੍ਰੋਪ ਹੈ ਜਵਾਰ ਜਵਾਰ ਇਸ ਦਾ ਜਿਹੜਾ ਬੋਟੈਨੀਕਲ ਨੇਮ ਹੈ ਦੋਸਤੋ ਸੋਰਗਮ ਬਾਈਕੋਲਰ ਹੈ ਇਹ ਤੁਸੀਂ ਜਵਾਰ ਦੀ ਜਿਹੜੀ ਪਿਕਚਰ ਦੇਖ ਸਕਦੇ ਹੋ ਇਹ ਜਿਹੜੇ ਸੀਡਸ ਉੱਤੇ ਜਿਹੜੇ ਬਣਦੇ ਨੇ ਤੇ ਇਹ ਜਿਹੜੇ ਲੀव्स ਯਾਨੀ ਕਿ ਜਿਹੜਾ ਇਹ ਪlant ਜਿਹੜਾ ਹੈ ਜਵਾਰ ਦਾ ਹੈ ਫਰਸਟ ਹਾਈਬ੍ਰਿਡ ਜਿਹੜੀ ਹੈ ਸੌਰগম ਦੀ ਜਿਹੜੀ ਕਿਸਮ ਹੈ ਇਸ ਨੂੰ CSH1 ਕਿਹਾ ਜਾਂਦਾ ਹੈ CSH1 ਜਿਹੜੀ ਹੈ ਵੈਰਾਈਟੀ ਯਾਨੀ ਕਿ ਕਿਸਮ ਜਿਹੜੀ ਹੈ ਪਹਿਲੀ ਹਾਈਬ੍ਰਿਡ ਜਿਹੜੀ ਜਵਾਰ ਦੀ ਉਹ CSH1 ਹੈ ਕੀ ਗੱਲ ਕਰਦੇ ਹਾਂ ਜਵਾਰ ਜਿਹੜੀ ਹੈ ਜਵਾਰ ਦਾ ਜਿਹੜਾ origin ਹੈ ਕਿਤੋਂ ਹੈ 아이 ਜਵਾਰ ਦਾ ਜਿਹੜਾ ਨੈਟਿਵ ਯਾਨੀ ਕਿ origin ਜਿਹੜਾ ਹੈ ਅਫਰੀਕਾ ਤੋਂ ਜਿਹੜਾ ਹੈ origion ਹੈ ਉਸ ਤੋਂ ਗਿਆ ਵਿਚ ਵੀਡ ਯਾਨਕਿ ਸਟ੍ਰਿਕ ਇੱਕ ਵੀਡ ਹੁੰਦਾ ਹੈ ਇਹਦੇ ਵਿੱਚ ਸਟ੍ਰਿਕਰ ਸਪੀਸੀਸ ਦਾ ਇਹ ਇੱਕ ਰੂਟ ਪੈਰਾਸਾਈਟ ਹੈ ਯਾਨਕਿ ਇਹ ਜਿਹੜਾ ਹੈ ਰੂਟਸ ਯਾਨਕਿ ਜੜਾਂ ਦੇ ਵਿੱਚ ਜਿਹੜਾ ਹੈ ਇਹ ਰਹਿੰਦਾ ਹੈ ਤੇ ਜਿਹੜਾ ਮੇਜਰ ਪ੍ਰੋਗਰਾਮ ਜਿਹੜਾ ਹੈ ਕੌਜ਼ ਕਰਦਾ ਹੈ ਜਵਾਰ ਦੇ ਵਿੱਚ ਯਾਨਕਿ ਜੇਦੀ ਉਹ ਪ੍ਰੋਡਕਸ਼ਨ ਹੈ ਐਜ਼ ਅ ਫੂਡਰ ਕ੍ਰੋਪ ਕਹਿ ਲਓ ਜਾਂ ਐਜ਼ ਅ ਗ੍ਰੇਨ ਜਿਹੜੀ ਪ੍ਰੋਡਕਸ਼ਨ ਉਹਦੀ ਕਟਾ ਦਿੰਦਾ ਹੈ ਉਸ ਤੋਂ ਗਿਆ ਸੀਟ ਰੇਟ ਯਾਨਕਿ ਕਿੰਨਾ ਵੀ ਚਾਹੀਦਾ ਹੈ ਇੱਕ ਕਿਲੇ ਦੇ ਜਿਹੜਾ ਇਦੇ ਵਿੱਚ ਇੱਥੇ ਆਪਾਂ ਯੂਨਿਟ ਸੈਕਟੇਅਰ ਯੂਜ਼ ਕਰਾਂਗੇ ਜੇ ਇਸ ਨੂੰ ਆਪਾਂ ਏਕੜ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਜਿਹੜਾ 10 ਤੋਂ 12 ਨੂੰ ਆਪਾਂ ਜਿਹੜਾ ਐਵਰੇਜ ਯਾਨਕੀ 12 ਨੂੰ ਜਿਹੜਾ ਹੈ ਟਾਈ ਨਾਲ ਜਿਹੜਾ ਆਪਾਂ ਪੱਕ ਕਰ ਦਾਂਗੇ ਕਿਉਂਕਿ ਜਿਹੜਾ ਟਾਈ ਕਿੱਲੇ ਜਿਹੜੇ ਹੁੰਦੇ ਨੇ ਉਹ ਇੱਕ ਹੈਕਟੇਅਰ ਦੇ ਜਿਹੜੇ ਬਰਾਬਰ ਹੁੰਦੇ ਨੇ ਟਾਈ ਕਿੱਲੇ ਜਿਹੜੇ ਇੱਕ ਹੈਕਟੇਅਰ ਦੇ ਬਰਾਬਰ ਹੁੰਦੇ ਨੇ ਸੀਡ ਰੇਟ ਜਿਹੜਾ ਹੈ 10 ਤੋਂ 12 ਕਿਲੋ ਪਰ ਹੈਕਟੇਅਰ ਜਿਹੜਾ ਵਰਤਿਆ ਜਾਂਦਾ ਹੈ ਉਸ ਤੋਂ ਅਗੇ ਸੀਡ ਰੇਟ ਜਿਹੜੇ ਐਜ਼ ਆਪਾਂ ਇਹ ਤਾਂ ਸੀਗਾ ਜੇਕਰ ਆਪਾਂ ਉਸ ਦੀ ਸੀਡ ਪ੍ਰੋਡਕਸ਼ਨ ਯਾਨਕੀ ਬੀਜ ਪ੍ਰਾਪਤ ਕਰਨਾ ਹੈ ਜੇਕਰ ਆਪਾਂ ਐਜ਼ ਅ ਫੋਟੋ ਜਿਹੜਾ ਪਰਪਸ ਯਾਨਕੀ ਚਾਰੇ ਦੇ ਵਾਸਤੇ ਜਿਹੜਾ ਵਰਤਣਾ ਹੈ ਤੇ ਇਹ 40 ਤੋਂ 50 ਕਿਲੋ ਜਿਹੜਾ ਹੈ ਪੀਜ ਵਰਤਿਆ ਜਾਂਦਾ ਹੈ ਉਸ ਤੋਂ ਗਿਆ ਹਾਈ ਯੀਲਡ ਵੈਰਾਈਟੀ ਜਿਹੜੀ ਹੈ ਰਬੀ ਯਾਨਕੀ ਹਾੜੀ ਦੀ ਫਸਲ ਤੇ ਆੜੀ ਦੇ ਜਿਹੜਾ ਸੀਜ਼ਨ ਵਾ ਉਹਦੇ ਵਿੱਚ ਜਿਹੜੀ ਜਵਾਰ ਪੀ ਚੰਦੀ ਹੈ ਉਹ ਕਿਹੜੀ ਵੈਰਾਈਟੀ ਜਿਹੜੀ ਹਾਈ ਯੀਲਡ ਜਿਹਨੇ ਜੀ ਦਾ ਚਾਰਡ ਆਪਾਂ ਨੂੰ ਜ਼ਿਆਦਾ ਮਿਲ ਸਕਦਾ ਹੈ ਇਹ ਦੋਸਤੋ ਐਮ 35 1 ਜਿਹੜੀ ਹੈ ਵੈਰਾਈਟੀ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਡਰੋਟ ਐਂਸਲੈਂਟ ਟੋਲਰੈਂਟ ਯਾਨੀ ਕਿ ਡਰੋਟ ਯਾਨੀ ਕਿ ਜਿਹੜਾ ਹੈ ਸੁੱਕੇ ਲੱਗੇ ਯਾਨੀ ਕਿ ਜਿੱਥੇ ਬਾਰਿਸ਼ ਜਾਂ ਪਾਣੀ ਦੀ ਜਿਹੜੀ ਕਾਟ ਹੋਵੇ ਉੱਥੇ ਜਾਂ ਫਿਰ ਜਿੱਥੇ ਸੋਇਲ ਦੇ ਵਿੱਚ ਸాల్ట్స్ ਵਗੈਰਾ ਜ਼ਿਆਦਾ ਨੇ ਉੱਥੇ ਵੀ ਕਿਹੜੀ ਵੈਰੈਟੀ ਜਿਹੜੀ ਸਹਾਰ ਸਕਦੀ ਹੈ ਇਹ ਦੋਸਤੋ ਸੀਐਸਐਚ9 ਜਿਹੜੀ ਹੈ ਵੈਰੈਟੀ ਇਸ ਨੂੰ ਸਹਾਰ ਸਕਦੀ ਹੈ ਉਸ ਤੋਂ ਗਿਆ ਦੋਸਤੋ ਸੋਰਗਮ ਜਿਹੜਾ ਹੈ ਉਸ ਨੂੰ ਐਜ਼ ਅ ਕੈਮਲ ਕ੍ਰੋਪ ਕਿਹਾ ਜਾਂਦਾ ਹੈ ਉਸ ਤੋਂ ਅੱਗੇ ਦੋਸਤੋ ਜਿਹੜੀ ਐ ਮੋਸਟ ਇੰਪੋਰਟੈਂਟ ਜਿਹੜੀ ਸਟੇਰ ਰਾਇਲ ਵੈਰਾਈਟੀ ਹੋ ਦੋਸਤੋ ਕੰਬਾਈਨ ਕਾਫਿਰ 60 ਹੈ ਇਸ ਨੂੰ ਆਪਾਂ ਸੀ ਕੇ 60 ਕਹਿ ਦਿੰਦੇ ਆ ਜਾਂ ਸੀਓ 60 ਵੀ ਆਪਾਂ ਇਸ ਨੂੰ ਕਹਿ ਦਿੰਦੇ ਆ ਉਸ ਤੋਂ ਅੱਗੇ ਜੋ ਜਿਹੜੀ ਐ ਜੋਆਰ ਦੇ ਵਿੱਚ ਜਿਹੜਾ ਹੈ ਲਾਈਸਿਨ ਅਮੀਨੋ ਐਸਿਡ ਜਿਹੜਾ ਹੈ ਪੁੱਤ ਘੱਟ ਹੁੰਦਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਲਿਊਸਿਨ ਅਮੈਨ ਉਸੇਡ ਪਾਇਆ ਜਾਂਦਾ ਹੈ ਉਸ ਤੋਂ ਅੱਗੇ সুইਟ ਸੋਰਗਮ ਯਾਨੀ ਕਿ ਮਿੱਠੀ ਜੜੀ ਜਵਾਰ ਹੁੰਦੀ ਹੈ ਇਹ ਦੋਸਤੋ ਇਸ ਦੇ ਵਿੱਚ ਜਿਹੜਾ 슈ਗਰ ਕੰਟੈਂਟ ਹੈ ਜਿਹੜਾ ਜੂਸ ਦਾ ਜਿਹੜਾ ਕੰਟੈਂਟ ਹੈ ਇਹ ਦੋਸਤੋ 16 ਤੋਂ ਜਿਹੜਾ ਹੈ 23% ਪਾਇਆ ਜਾਂਦਾ ਹੈ ਉਸ ਤੋਂ ਅੱਗੇ ਜਿਹੜੀ ਵੈਰਾਈਟੀਆਂ ਹੋਰ ਨੇ ਆਰਐਸਐਸਵੀ ਆਰਐਸਐਸਵੀ 59 ਹੋ ਗਿਆ 46 ਹੋ ਗਿਆ 24 45 57 ਐਮਐਸਐਸ 219 216 ਜਿਹੜੀ ਹੈ ਵੈਰਾਈਟੀਆਂ ਜਵਾਰ ਦੀਆਂ ਕਿਸਮਾਂ ਨੇ ਅੱਗੇ ਆਪਾਂ ਗੱਲ ਕਰਦੇ ਹਾਂ 슈ਗਰ ਕੇਨ 슈ਗਰ ਕੇਨ ਦੋਸਤੋ ਗੰਨੇ ਦੀ ਫਸਲ ਨੂੰ 슈ਗਰ ਕੇਨ ਕਿਹਾ ਜਾਂਦਾ ਹੈ ਤੇ ਇਸ ਦਾ ਬੋਟੈਨੀਕਲ ਨੇਮ 슈ਗਰ ਜਿਹੜਾ ਸੈਕੇਰਮ ਆਫਿਸ਼ੀਨੇਰਮ ਇਹਦਾ ਬੋਟੈਨੀਕਲ ਨੇਮ ਹੈ ਇਹ ਤੁਸੀਂ ਗੰਨੇ ਦੀ ਫਸਲ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਗੰਨੇ ਹੁੰਦੇ ਨੇ ਇਹ ਜਿਹੜੀਆਂ ਪੋਰੀਆਂ ਆਉਂਦੀਆਂ ਨੇ ਜਿਸ ਨੂੰ ਆਪਾਂ ਕੇਨਸ ਕਹ ਦਿੰਦੇ ਹਾਂ ਇਹਦੇ ਉੱਤੇ ਜਿਹੜੀ ਅੱਖ ਹੁੰਦੀ ਹੈ ਇਸ ਤੋਂ ਜਿਹੜਾ ਇੱਥੋਂ ਜਿਹੜਾ ਪੋਰਸ਼ਨ ਕੱਟ ਕੇ ਆਪਾਂ ਜ਼ਮੀਨ ਦੇ ਵਿੱਚ ਜਿਹੜਾ ਗੱਡ ਦਿੰਦੇ ਹਾਂ ਜਿਸ ਤੋਂ ਜਿਹੜਾ ਨਾਵਾ ਜਿਹੜਾ ਪਲਾਂਟ ਉਹ ਉੱਗ ਜਾਂਦਾ ਹੈ ਏ ਦੋਸਤੋ ਜਿਹੜੀ ਆ ਜਿਹੜੀ ਆ ਗੰਨੇ ਦੀ ਫਸਲ ਹੈ ਇਸ ਨੂੰ ਆਪਾਂ ਬੰਨ੍ਹ ਦਿੰਦੇ ਆ ਤਾਂ ਜੋ ਇਸ ਦੇ ਵਿੱਚ ਲੋজিং ਨਾ ਹੋਵੇ ਤੇ ਜਿਹੜਾ ਈਜ਼ਲੀ ਜੇ ਦੇ ਵਿੱਚ ਜਿਹੜਾ ਟੋਰਾ ਫੇਰਾ ਹੋ ਸਕੇ ਜਿਵੇਂ ਆਪ ਪਾਣੀ ਵੀ ਲੰਨਿਆਂ ਜਾਂ ਖਾਦ ਵਗੈਰਾ ਜਿਹੜੇ ਫਰਟੀਲਾਈਜ਼ਰ ਐਪਲੀਕੇਸ਼ਨ ਕਰਦੇ ਆ ਜਿਹੜੇ ਆ ਸਾਨੀ ਨਾਲ ਹੋ ਸਕੇ ਜਿਹੜਾ ਗੰਨੇ ਦੀ ਫਸਲ ਨੂੰ ਆਪਾਂ ਗੰਨੇ ਨੂੰ ਆਪਾਂ ਨੋਬਲ ਕੈਨ ਵੀ ਕਹਿ ਸਕਦੇ ਆ ਇਹ ਜਿਹੜਾ टीएस ਵੈਂਟਰ ਅਮਨ ਨੇ ਜਿਹੜਾ ਹੈ ਡਿਵੈਲਪ ਕੀਤਾ ਸੀਗਾ ਨੋਬਲ ਕੇਨ ਉਸ ਤੋਂ ਗੈਸ ਸੀਡ ਰੇਟ ਹੈ ਯਾਨੀ ਕਿ ਇਹਦਾ ਬੀਜ ਕਿੰਨਾ ਚਾਹੀਦਾ ਹੁੰਦਾ ਹੈ ਬੀਜ ਯਾਨੀ ਕਿ ਜਿਹੜੀ ਗੰਡਾ ਨੇ ਯਾਨੀ ਕਿ ਜਿੱਤੇ ਜਿਹੜਾ ਪੋਰਸ਼ਨ ਹੈ ਕੇਨ ਦਾ ਇਹ ਕਿੰਨਾ ਚਾਹੀਦਾ ਹੁੰਦਾ ਹੈ ਇਹ ਦੋਸਤੋ 75 ਤੋਂ 90 ਕਵਾਂਟ ਜਿਹੜਾ ਪਰ ਇੱਕ ਕਿੱਲੇ ਦੇ ਵਾਸਤੇ ਜਿਹੜਾ ਇਹ ਸੀਡ ਰੇਟ ਯਾਨੀ ਕਿ ਬੀਜ ਚਾਹੀਦਾ ਹੈ ਉਸ ਤੋਂ ਬਾਅਦ ਇਹਦਾ origin origin ਦੋਸਤੋ ਇਹਦਾ ਨਿਊ ਜੀਨੀਆ ਦੇ ਵਿੱਚ ਹੋਇਆ ਸੀ ਜਿਹੜੀ ਹੈ ਇਹਦੀ ਵੈਰਾਈਟੀਆਂ ਨੇ ਜਿਹੜੀ ਸੈਕਰਮ ਸੁਪੋਨਟੇਨੀਅਮ ਹੈ ਨਾ ਇਹ ਜਿਹੜੀ ਹੈ ਇਸ ਵੈਰੈਟੀ ਦੇ ਵਿੱਚ ਜਿਹੜਾ ਸਭ ਤੋਂ ਜਿਹੜਾ 슈ਗਰ ਯਾਨਕੀ ਮਿਠਾਸ ਪੋਤੀ ਜ਼ਿਆਦਾ ਘਟ ਹੁੰਦੀ ਹੈ ਤੇ ਜਿਆਦਾ ਫਾਈਬਰ ਕੰਟੈਂਟ ਹੈ ਯਾਨਕੀ ਜੂਸ ਕੱਢਣ ਤੋਂ ਬਾਅਦ ਜਿਹੜਾ ਹੈ ਕੰਨੇ ਦੇ ਵਿੱਚ ਜਿਹੜਾ ਜੂਸ ਕੱਢਣ ਤੋਂ ਬਾਅਦ ਜਿਹੜਾ ਰਹਿੰਦ-ਖੂੰਦ ਪਤ ਜਾਂਦਾ ਉਸ ਨੂੰ ਆਪਾਂ ਫਾਈਬਰ ਕੰਟੈਂਟ ਕਹਿ ਦਿੰਦੇ ਹਾਂ ਤੇ ਇਹਦੇ ਵਿੱਚ ਜਿਹੜੀ ਹੈ ਜੂਸ ਕੰਟੈਂਟ ਘਟ ਹੁੰਦਾ ਹੈ ਯਾਨਕੀ ਜੂਸ ਦੀ ਮਾਤਰਾ ਜਿਹੜੀ ਹੈ ਘਟ ਹੁੰਦੀ ਹੈ ਤੇ ਫਾਈਬਰ ਕੰਟੈਂਟ ਜਿਹੜਾ ਹੈ ਜ਼ਿਆਦਾ ਹੁੰਦਾ ਹੈ ਉਸ ਤੋਂ ਗੈਸੇ ਕਰਮ ਰਬਸਟਮ ਸੋ ਸੈਕਰਮ ਰਬਸਟਮ ਜਿਹੜੀ ਹੈ ਇਹਦੇ ਵਿੱਚ ਜਿਹੜਾ ਹੈ ਕਟ 슈ਗਰ ਹੁੰਦੀ ਹੈ ਤੇ ਜਿਹੜਾ ਹੈ ਫਾਈਬਰ ਕੰਟੈਂਟ ਵੀ ਜਿਹੜਾ ਹੈ ਘੱਟ ਹੁੰਦਾ ਹੈ ਉਸ ਤੋਂ ਅੱਗੇ ਆ ਦੋਸਤੋ ਇਹ ਜਿਹੜੀ ਹੈ 슈ਗਰ ਕੈਨ ਦੇ ਵਿੱਚ ਇਨਫਲੋਰਸੈਂਸ ਨੂੰ ਕੀ ਕਿਹਾ ਜਾਂਦਾ ਇਸ ਨੂੰ ਦੋਸਤੋ ਐਰੋ ਕਿਹਾ ਜਾਂਦਾ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਹਾਈਰ ਡੋਸ ਜਿਹੜੀ ਹੈ ਸ਼ੂਗਰ ਕੰਟੈਂਟ ਵਿੱਚ ਨਾਈਟ੍ਰੋਜਨ ਦੀ ਜਿਹੜੀ ਯੂਰੀਆ ਦੀ ਅਪਲਾਈ ਜੇ ਆਪਾਂ ਯੂਰੀਆ ਫਰਟੀਲਾਈਜ਼ਰ ਯਾਨੀ ਕਿ ਯੂਰੀਆ ਖਾਦ ਦੀ ਜਿਹੜੀ ਆਪਾਂ ਜ਼ਿਆਦਾ ਦੇ ਦਈਏ ਤਾਂ ਉਹਦੇ ਵਿੱਚ ਜਿਹੜਾ ਸੁਕ੍ਰੋਜ਼ ਕੰਟੈਂਟ ਯਾਨੀ ਕਿ ਜੂਸ ਦਾ ਜਿਹੜਾ ਕੰਟੈਂਟ ਹੈ ਜੂਸ ਦੀ ਮਾਤਰਾ ਜਿਹੜੀ ਹੈ ਉਹ ਘਟ ਜਾਂਦੀ ਹੈ ਉਸ ਤੋਂ ਗਿਆ ਜਿਹੜੀ ਸਟੇਜ ਤੇ ਗੰਨੇ ਦੀ ਫਸਲ ਨੂੰ ਜਿਹੜੀ ਆ ਪਾਣੀ ਚਾਹੀਦਾ ਚਾਹੀਦਾ ਉਹ ਜਿਹੜੀ ਸਟੇਜ ਨੂੰ ਆਪਾਂ ਫਾਰਮੇਟਿਵ ਸਟੇਜ ਕਹਿੰਦੇ ਨੇ ਜਿੱਤੇ ਉਹ ਗੰਨੇ ਦੀ ਜਿਹੜੀਆਂ ਪੋਰੀਆਂ ਬਣੀਆਂ ਪੋਰੀਆਂ ਜਿਹੜੀਆਂ ਬਣਨੀਆਂ ਸਟਾਰਟ ਹੁੰਦੀਆਂ ਨੇ ਉਸ ਤੋਂ ਗਏ ਮੋਸਟ ਪਪੂਲਰ ਪਲਾਂਟਿੰਗ ਮੈਥਡ ਜਿਹੜਾ ਨੋਰਥੀ ਦੇ ਵਿੱਚ ਫਲੈਟ ਬੈਡ ਯਾਨੀ ਕਿ ਸਿੱਧੇ ਬੈਡ ਦੇ ਉੱਤੇ ਯਾਨੀ ਕਿ ਸਿੱਧਾ ਜਿਹੜਾ ਕਲਟੀਵੇਸ਼ਨ ਕਰਕੇ ਸਵਾਗਾ ਮਾਰ ਕੇ ਜਿਹੜਾ ਆਪਾਂ ਸਿੱਧਾ ਪਲਾਂਟਿੰਗ ਕਰਦੇ ਹਾਂ ਹੁਣ ਤਾਂ ਇਹਦੇ ਵਿੱਚ ਜਿਹੜਾ ਵਟਾ ਬਣਾ ਕੇ ਵੀ ਜਿਹੜਾ ਇਹਦੀ ਸੋਇੰਗ ਕੀਤੀ ਜਾਂਦੀ ਹੈ ਉਸ ਤੋਂ ਗਿਆ ਦੋਸਤੋ ਬ੍ਰਿਕਸ ਰੀਡਿੰਗ ਬ੍ਰਿਕਸ ਰੀਡਿੰਗ ਜਿਹੜੀ ਹੈ ਇਹ ਜਿਹੜੀ ਹੈ ਪ੍ਰੋਪਰ ਮੈਚਿਓਰਿਟੀ ਇਹਦੇ ਵਿੱਚ 16 ਤੋਂ 18% ਜਿਹੜਾ ਟੀਜੀਐਸ ਟੋਟਲ ਸੋਲੀਬਲ ਜਿਹੜਾ ਸੋਲਿਡਸ ਇਦੇ ਵਿੱਚ ਪਾਇਆ ਜਾਂਦਾ ਹੈ ਦੋਸਤੋ ਗਿਆ ਦੋਸਤੋ ਜਿਹੜੀ ਹੈ ਚਿੱਕਸ ਜਿਹੜੀ ਸੋਇਲਸ ਦੇ ਵਿੱਚ ਮਿੱਟੀ ਦੇ ਵਿੱਚ ਜਿਹੜੀ ਹੈ ਜਿਹੜੀ ਹੈ ਗੰਨੇ ਦੀ ਫਸਲ ਨਹੀਂ ਹੋ ਸਕਦੀ ਇਹ ਦੋਸਤੋ ਸਲੈਂਜਿਤ ਦੇ ਵਿੱਚ ਸਾਈਲਟਸ ਯਾਨੀ ਕਿ ਨਮਕ ਦੀ ਜਿਹੜੀ ਮਾਤਰਾ ਜ਼ਿਆਦਾ ਹੋਵੇ ਉੱਤੇ ਸ਼ੂਗਰ ਕੰਨ ਦੀ ਫਸਲ ਨਹੀਂ ਹੋ ਸਕਦੀ ਅਦਸਲੀ ਸ਼ੂਗਰ ਕੰਨ ਜਿਹੜੀ ਹੁੰਦੀ ਹੈ ਇਹ ਦਾ ਸੋਇੰਗ ਟਾਈਮ ਦੋਸਤੋ ਜੂਨ ਜੁਲਾਈ ਦੇ ਵਿੱਚ ਮਹੀਨੇ ਦੇ ਵਿੱਚ ਬੀਜਿਆ ਜਾਂਦਾ ਹੈ ਉਸ ਤੋਂ ਬਾਅਦ ਹੈ ਜਿੱਥੇ ਗੰਨੇ ਦੀ ਪ੍ਰੋਡਕਸ਼ਨ ਜਾਂ ਪ੍ਰੋਡਕਟਿਵਿਟੀ ਜ਼ਿਆਦਾ ਹੁੰਦੀ ਹੈ ਉਹ ਸਟੇਟ ਦਾ ਨਾਮ ਹੈ ਦੋਸਤੋ ਤਾਮਿਲਨਾਡੂ ਤਾਮਿਲਨਾਡੂ ਉਸ ਤੋਂ ਅੱਗੇ ਦੋਸਤੋ ਅਰਥਿੰਗ ਇਨ 슈ਗਰ ਕੈਨ ਸ਼ੁੱਡ ਬੀ ਡਨ ਅਰਥਿੰਗ ਹੁੰਦਾ ਦੋਸਤੋ ਜਿਵੇਂ ਇਹ ਕੋਈ ਸ਼ੁਕਰਕੰਦੀ ਜਿਹੜੀ ਪਲਾਂਟ ਜਿਹੜਾ ਖੜਾ ਹੈ ਇਸ ਦੇ ਉੱਤੇ ਜਿਹੜੇ ਹੈ ਆਪਾਂ ਆਲੇ ਦੁਆਲੇ ਜਿਹੜੇ ਮਿੱਟੀ ਲਾ ਦਿੰਦੇ ਨੇ ਇਸ ਨੂੰ ਆਪਾਂ ਆਰਥਿੰਗ ਆਪਾਂ ਕਹਿ ਦਿੰਦੇ ਆ ਤਾਂ ਜੋ ਜਿਹੜੀ ਫਸਲ ਹੈ ਉਹ ਲੋਜਿੰਗ ਨਾ ਹੋ ਸਕੇ ਉਹ ਡਿੱਗ ਨਾ ਸਕੇ ਇਸ ਨੂੰ ਆਪਾਂ ਆਰਥਿੰਗ ਆਪਾਂ ਕਹਿ ਦਿੰਦੇ ਆ ਇਹ ਦੋਸਤੋ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਟੈਂਗ ਟੈਂਗ ਜ ਮੈਂ ਤੁਹਾਨੂੰ ਦੱਸਿਆ ਸੀਗਾ ਉੱਤੇ ਪਿਕਚਰ ਦੇ ਵਿੱਚ ਕੀ ਜਿਹੜਾ ਡਿੱਗਣ ਤੋਂ ਬਚਾਉਣ ਲਈ ਜਾਂ ਫਿਰ ਕੀ ਹੈ ਕਿ ਫਰਟੀਲਾਈਜ਼ਰ ਜਾਂ ਜਿਹੜੀ ਸਪਰੇਅ ਆਪਾਂ ਨੂੰ ਇਜ਼ੀ ਯਾਨੀ ਕਿ ਸੋਕਾ ਹੋ ਸਕੇ ਸਪਰੇ ਕਰਨਾ ਉਸ ਨੂੰ ਆਪਾਂ ਜਿਹੜੀ ਗੰਨੀ ਦੀ ਫਸਲ ਨੂੰ ਆਪਾਂ ਬੰਨ ਦਿੰਦੇ ਹਾਂ ਉਸ ਨੂੰ ਆਪਾਂ ਟੈਂਕ ਕਰ ਦਿੰਦੇ ਹਾਂ ਇਹ ਦੋਸਤੋ ਅਗਸਤ ਦੇ ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ ਸਪੇਸਿੰਗ ਕਿੰਨੀ ਰੱਖੀ ਜਾਂਦੀ ਹੈ ਦੋਸਤੋ 90 ਸੈਂਟੀਮੀਟਰ ਜਿਹੜੀ ਹੈ spacing ਰੱਖੀ ਜਾਂਦੀ ਹੈ ਜਿਵੇਂ ਇੱਕ ਕੰਨੇ ਦੀ ਰੋ ਹੈ ਇਹ ਦੂਜੀ ਰੋ ਹੈ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਹੈ 90 ਸੈਂਟੀਮੀਟਰ ਦੀ ਜਿਹੜੀ ਹੈ spacing ਰੱਖੀ ਜਾਂਦੀ ਹੈ ਉਸ ਤੋਂ ਗਿਆ ਨੇਮ ਆਫ ਜਿਹੜਾ ਵਾਇਲਡ ਕੈਨ ਹੁੰਦਾ ਹੈ ਇਹ ਦੋਸਤੋ ਸੈਕਰਮ ਸਪੌਂਟੇਨੀਅਸ ਜਿਹੜਾ ਹੈ ਵਾਇਲਡ ਕੈਨ ਇਹਦੇ ਵਿੱਚ ਜਿਹੜਾ 슈ਗਰ ਕੰਟੈਂਟ ਹੈ ਜਿਹੜਾ ਹੈ ਇਹ ਸਭ ਤੋਂ ਘੱਟ ਹੁੰਦਾ ਹੈ ਤੇ ਫਾਈਬਰ ਕੰਟੈਂਟ ਜਿਹੜਾ ਹੈ ਉਹ ਵੀ ਘੱਟ ਹੁੰਦਾ ਹੈ ਉਸ ਤੋਂ ਅਗੇ ਬਰਨਿੰਗ ਆਫ ਕੇਨਸ ਬਰਨਿੰਗ ਇਹ ਜਿਹੜੇ ਕੇਨਸ ਉਸਕੇ ਇਹਦੇ ਵਿੱਚ ਜਿਹੜਾ ਇੰਪਰੂਵਡ 슈ਗਰ ਜਿਹੜਾ ਜਾਂ ਜੂਸ ਜਿਹੜੀ ਕੁਆਲਟੀ ਹੋ ਵੱਧ ਜਾਂਦੀ ਹੈ ਉਸ ਤੋਂ ਅਗੇ ਦੋਸਤੋ ਇੰਡੀਅਨ ਜਿਹੜਾ ਕੇਨ ਹੈ ਇੰਡੀਜਨਸ ਜਿਹੜਾ ਉਹ ਨਾਰਥ ਇੰਸਟਰੀ ਇੰਡੀਆ ਦੇ ਵਿੱਚ ਉਹ ਕਿਹੜਾ ਆਪਾਂ ਜਿਹੜਾ ਆਪਣੇ ਇਧਰ ਪੰਜਾਬ ਸਾਈਡ ਦੇ ਵਿੱਚ ਜਿਹੜਾ ਉਹ ਗੰਨਾ ਜਿਹੜਾ ਲਾਇਆ ਜਾਂਦਾ ਉਸ ਦਾ ਨਾਮ ਹੈ ਦੋਸਤੋ ਸੈਕਰਮ ਬਾਰਬਰੀ ਇਸ ਤੋਂ ਅਗੇ ਆਪਾਂ ਗੱਲ ਕਰਦੇ ਹਾਂ ਨਰਮੇ ਦੀ ਫਸਲ ਬਾਰੇ ਕੋਟਨ ਦੇ ਬਾਰੇ ਇਸ ਦਾ ਬੋਟੈਨੀਕਲ ਨੇਮ ਕੋਸੀਪੀਐਮ ਸਪੀਸੀਸ ਹੈ ਇਹ ਤੁਸੀਂ ਜਿਹੜਾ ਕਾਟਨ ਦੀ ਫਸਲ ਦੇਖ ਸਕਦੇ ਹੋ ਕਿ ਨਰਮੇ ਦੀ ਜਿਹੜੀ ਹੈ ਇਹ ਫਸਲ ਹੈ ਇਸ ਨੂੰ ਆਪਾਂ ਚਿੱਟਾ ਸੁਨਣਾ ਵੀ ਕਹਿ ਦਿੰਦੇ ਹਾਂ ਜਾਂ ਕਿੰਗ ਆਫ ਅਪਰੇਜ਼ਲ ਫਾਈਬਰ ਯਾਨੀ ਕਿ ਫਾਈਬਰ ਰੇਸ਼ਾ ਦੀ ਜਿਹੜੀ ਫਸਲ ਹੈ ਇਸ ਨੂੰ ਆਪਾਂ ਰਾਜਾ ਕਹਿ ਦਿੰਦੇ ਹਾਂ ਨਰਮੇ ਨੂੰ ਬੀਟੀ ਕਾਟਨ ਜਿਹੜੀ ਹੈ ਇਫੈਕਟਿਵ ਬੋਲਵੌਮ ਪੋਲਵੌਮ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਆ ਜਿਹੜੀ ਸੁੰਡੀ ਹੈ ਇਹ ਬੋਲ ਨੂੰ ਜਿਹੜਾ ਹੈ ਇਹ ਜਿਹੜੀ ਸੁੰਡੀ ਦਿਖਾਈ ਗਈ ਹੈ ਇਹ ਜਿਹੜੀ ਹੈ ਕੋਟਨ ਦੀ ਜੜੈਂਦੀ ਯਾਨੀ ਕਿ ਜਿਹੜਾ ਟਿੰਡਾ ਹੁੰਦਾ ਹੈ ਉਸ ਉਸ ਦੇ ਵਿੱਚ ਜਿਹੜਾ ਅੰਦਰ ਜਾ ਕੇ ਇਸ ਜਿਹੜਾ ਟਿੰਡੇ ਨੂੰ ਅੰਦਰੋਂ ਖਾ ਜਾਂਦੀ ਹੈ ਜਿੱਤੇ ਜਿਹੜੀ ਰਹਿਦ ਹੁੰਦਾ ਹੈ ਉਹ ਇਹ ਤੁਸੀਂ ਇਸ ਪਿਕਚਰ ਦੇ ਵਿੱਚ ਇੱਥੇ ਦੇਖ ਰਹੇ ਹੋ ਕਿ ਜਿਹੜੀ ਰਹਿਦ ਹੁੰਦਾ ਜੋ ਉਹ ਬਾਹਰ ਸੁੱਟ ਦਿੰਦੀ ਹੈ ਓਰੀਜਿਨ ਜਿਹੜਾ ਹੈ ਕੋਟਨ ਦਾ ਇਹ ਦੋਸਤੋ ਇੰਡੀਆ ਦੇ ਵਿੱਚ ਹੀ ਹੈ ਅੱਗੇ ਹੈ ਦੋਸਤੋ ਕੀ ਬੀਟੀ ਕਾਟਨ ਵਾਸਤੇ ਜਿਹੜਾ ਹੈ ਸੀਡ ਰੇਟ ਉਹ ਕਿੰਨਾ ਚਾਹੀਦਾ ਹੁੰਦਾ ਹੈ ਇਹ ਦੋਸਤੋ ਇੱਕ ਤੋਂ 1.5 ਕਿਲੋ ਜਿਹੜਾ ਹੈ ਪਰ ਹੈਕਟੇਅਰ ਦੇ ਵਿੱਚ ਜਿਹੜਾ ਹੈ ਬੀਜ ਵਰਤਿਆ ਜਾਂਦਾ ਹੈ ਤੇ ਦੇਸੀ ਕਾਟਨ ਦੇ ਵਿੱਚ ਵੀ ਦੇਸੀ ਕਾਟਨ ਦੇ ਵਿੱਚ 10 ਤੋਂ 18 ਕਿਲੋ ਜਿਹੜਾ ਹੈ ਪਰ ਹੈਕਟੇਅਰ ਜਿਹੜਾ ਬੀਜ ਵਰਤਿਆ ਜਾਂਦਾ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਨਾਰਥ ਇੰਡੀਆ ਦੇ ਵਿੱਚ ਜਿਹੜੀ ਇਹਦੀ ਸੋਇੰਗ ਫਰਸਟ ਫੋਰਨਾਈਟ ਆਫ ਮਈ ਯਾਨੀ ਕਿ ਪਹਿਲੇ ਜਿਹੜਾ 15 ਵਾੜਾ ਹੁੰਦਾ ਹੈ ਮਈ ਦੇ ਮਹੀਨੇ ਦਾ ਇਹ ਯਾਨੀ ਕਿ 1 ਤੋਂ ਲੈ ਕੇ 15 ਤਰੀਕ ਤੱਕ ਜਿਹੜੀ ਹੈ ਨੋਰਥ ਇੰਡੀਆ ਦੇ ਵਿੱਚ ਕਾਟਨ ਦੀ ਜਿਹੜੀ ਹੈ ਬਿਜਾਈ ਕੀਤੀ ਜਾਂਦੀ ਹੈ ਉਸ ਤੋਂ ਅਗੇ ਦੋਸਤੋ ਇੱਕ ਉਹਦੇ ਚੰਨੋਪੋਡੀਅਲ ਤੇ ਸਿੰਪੋਡੀਅਲ ਤੋਂ ਬ੍ਰਾਂਚਿਸ ਹੁੰਦੀਆਂ ਨੇ ਮੋਨੋਪੋਡੀਅਲ ਜਿਹੜੀ ਬ੍ਰਾਂਚਿਸ ਹੈ ਇਹ ਵੈਜੀਟੇਟਿਵ ਬ੍ਰਾਂਚਿਸ ਹੁੰਦੀ ਹੈ ਜਿੱਥੋਂ ਜਿਹੜਾ ਹੈ ਕੱਚਾ ਪਲਾਂਟ ਰਹਿੰਦਾ ਹੈ ਜਿਵੇਂ ਨਰਮੀ ਦਾ ਤੁਸੀਂ ਪਿਕਚਰ ਦੇ ਤੁਹਾਨੂੰ ਦਿਖਾ ਰਿਹਾ ਹਾਂ ਮ ਕੀ ਇਹਦੇ ਵਿੱਚ ਜਿਹੜਾ ਇੱਥੋਂ ਜਿਹੜੀ ਹੈ ਗ੍ਰੋਥ ਜਿਹੜੀ ਸਟਾਰਟ ਹੋ ਰਹੀ ਹੈ ਇਸ ਨੂੰ ਆਪਾਂ ਮੋਨੋਪੋਡੀਅਲ ਕਹਿ ਦਿੰਦੇ ਹਾਂ ਕਿ ਜਿੱਥੇ ਜਿਹੜੀ ਟਿਪ ਹੁੰਦੀ ਹੈ ਜਿੱਥੋਂ ਫਲਾਵਰਿੰਗ ਜਾਂ ਜਿਹੜਾ ਟਿੰਡ ਬਣਨਾ ਸਟਾਰਟ ਹੁੰਦੇ ਇਸ ਨੂੰ ਆਪਾਂ ਸਿੰਪੋਡੀਅਲ ਜਿਹੜੀ ਹੈ ব্রাঞ্চ ਕਹਿ ਦਿੰਦੇ ਹਾਂ ਮੋਨੋਪੋਡੀਅਲ ਤੇ ਸਿੰਪੋਡੀਅਲ ਉਸ ਤੋਂਗੇ ਵੈਰਾਈਟੀਆਂ ਕਿਹੜੀ-ਕਿਹੜੀਆਂ ਨੇ ਇਹ ਦੋਸਤੋ ਗੁਸੀਪੀਅਮ ਆਰਬੋਰੀਅਮ ਜਿਹੜੀ ਸਪੀਸੀਸ ਹੈ ਇਹ ਗੁਸੀਪੀਅਮ ਆਰਬੋਰੀਅਮ ਹਰਬੀਸ਼ੀਅਮ ਇਹ ਸਾਰੀ ਜਿਹੜੀ ਸਪੀਸੀਸ ਨੇ ਗੋਸੀਪੀਅਮ ਆਰਬੋਰੀਅਮ ਦੇ ਵਿੱਚ ਲੋਹਿਤ ਵਿਰਨਾਰ ਇਸ ਦੋ ਵੈਰਾਈਟੀਆਂ ਨੇ ਗੋਸੀਪੀਅਮ ਹਰਬੇਸ਼ੀਅਮ ਦੇ ਵਿੱਚ ਦਿਗਵਿਜੇ ਸੰਜੇ ਇਸ ਦੋ ਵੈਰਾਈਟੀਆਂ ਨੇ ਉਸ ਤੋਂ ਅੱਗੇ ਗੋਸੀਪੀਅਮ ਹਿਰਸੂਟਮ ਦੇ ਵਿੱਚ ਗੰਗਲੰਗਰ ਅਗੇਤੀ ਤੇ ਬਿੱਕਾਨੇਰ ਬਿੱਕਾਨੇਰੀ ਨਰਮਾ ਇਹ ਜਿਹੜੇ ਆ ਇਹ ਦੋ ਕਿਸਮਾਂ ਨੇ ਉਸ ਤੋਂ ਅੱਗੇ ਜਿਹੜਾ ਗੋਸੀਪੀਅਮ ਬਰਬਡੈਂਸ ਦੇ ਵਿੱਚ ਸੁਵੇਨ ਤੇ ਸੁਜਾਤਾ ਇਹ ਵੀ ਦੋ ਕਿਸਮਾਂ ਨੇ ਉਸ ਤੋਂ ਬਾਅਦ ਹੈ ਲਿੰਟ ਪਰਸੈਂਟ ਜਿਹੜੀ ਹੈ ਕੋਟਨ ਦੇ ਵਿੱਚ ਉਹ ਕਿੰਨੀ ਹੁੰਦੀ ਹੈ ਲਿੰਟ ਤੁਸੀਂ ਜੋ ਜਿਹੜਾ ਹੈ ਸੌਰੀ ਕੋਟਨ ਦਾ ਜਿਹੜਾ ਹੈ ਉਹ ਜਿਹੜੀ ਬੋਲ ਹੁੰਦੀ ਹੈ ਜਿਹੜਾ ਉਹ ਨਰਮਾ ਹੁੰਦਾ ਹੈ ਉਹਦੇ ਵਿੱਚ ਜਿਹੜਾ ਤੁਸੀਂ ਦੇਖਿਆ ਹੋਗਾ ਬੀਜ ਦੇ ਜਿਹੜਾ ਆਲੇ ਦੁਆਲੇ ਜਿਹੜਾ ਫਾਈਬਰ ਹੁੰਦਾ ਉਸ ਨੂੰ ਆਪਾਂ ਫਾਈਬਰ ਕਹਿ ਦਿੰਦੇ ਹਾਂ ਤੇ ਜਿਹੜਾ ਅੰਦਰਲਾ ਜਿਹੜਾ ਪੱਛ ਦਾ ਉਸ ਨੂੰ ਆਪਾਂ ਲਿੰਟ ਜਿਹੜੀ ਹੈ ਕਹਿ ਦਿੰਦੇ ਹਾਂ ਇਹ ਲਿੰਟ ਜਿਹੜੀ ਪਰਸੈਂਟ ਕੋਟਨ ਦੇ ਵਿੱਚ ਜਿਹੜੀ 33% ਹੁੰਦੀ ਹੈ ਤੇ ਫਾਈਬਰ ਮੈਚਿਓਰਿਟੀ ਨੂੰ ਆਪਾਂ ਮੈਜ਼ਰ ਕਰਨ ਵਾਸਤੇ ਜਿਹੜਾ ਹੈ ਰੀਲੋਮੀਟਰ है वरतते हैं ये बहुत इंपोर्टेंट है उस तो बाद फाइबर दिल जिकनैस है उसनों आप जेजर करने वास्ते नैपीनैस है जिद मीटर की वरतों करते हैं उस दोस्तों एक बेल ऑफ कोटन यानी कि वन बेल ऑफ कोटन जी है एक सौ सत्तर किलो, तो किलो दी होंक बेल यानी कि तुम कह लो एक जी पंड होंगी दोस्तों एक सौ सत्तर किलो द ਅੱਗੇ ਜਿਹੜੀ ਸੌਣੀ ਦੀ ਫਸਲ ਹੈ ਉਸ ਦਾ ਨਾਮ ਹੈ ਦੋਸਤੋ ਅਰਹਰ ਅਰਹਰ ਯਾ ਇਸ ਨੂੰ ਆਪਾਂ ਪੀਜਨ ਵੀ ਕਹਿੰਦੇ ਨੇ ਹਾਂ ਪੀਜਨ ਪੀ ਅਰਹਰ ਦਾ ਜਿਹੜਾ ਜਿਹੜਾ ਸਾਇੰਟਿਫਿਕ ਯਾ ਬੋਟੈਨੀਕਲ ਨੇਮ ਹੈ ਇਹ ਦੋਸਤੋ ਕਾਜਨਸ ਕਾਜਨ ਕਾਜਨਸ ਕਾਜਨ ਇਸ ਦਾ ਇਹ ਹੈ ਬੋਟੈਨੀਕਲ ਨੇਮ ਹੈ ਇਹ ਤੁਸੀਂ ਅਰਹਰ ਦੀ ਜਿਹੜੀਆਂ ਫਲੀਆਂ ਦੇਖ ਰਹੇ ਹੋ ਅਰਹਰ ਦੀ ਜਿਹੜੀ ਕ੍ਰੋਪ ਇਹ ਅਰਹਰ ਦੀ ਜਿਹੜੀ ਹੈ ਦਾਲ ਹੈ ਇਹ ਇੱਕ ਲੈਗਿਊਮਿਨਸ ਕ੍ਰੋਪਸ ਲੈਗਿਊਮਿਨਸ ਕ੍ਰੋਪ ਹੈ ਇਹਨੂੰ ਪਲਸਿਸ ਕਹਿੰਦੇ ਆ ਪਲਸੀ ਜਿਹੜੀ ਕ੍ਰੋਪਸ ਹੈ ਦਾਲਾਂ ਲੈਗਿਊਮਿਨਸ ਕ੍ਰੋਪਸ ਆਪਾਂ ਇਹਨੂੰ ਕਿਉਂ ਕਹਿੰਦੇ ਆ ਕਿਉਂਕਿ ਇਹ ਜਿਹੜੀਆਂ ਫਲੀਆਂ ਜਿਹੜੀਆਂ ਲੱਗਦੀਆਂ ਨੇ ਇਹ ਇਸ ਨੂੰ ਆਪਾਂ ਲੈਗਿਊਮਸ ਕਹਿੰਦੇ ਆ ਇਹ ਜਿਹੜੀਆਂ ਇਸ ਦੀ ਜਿਹੜੇ ਰੂਟਸ ਹੁੰਦੀਆਂ ਨੇ ਹੈਨ ਦੇ ਵਿੱਚ ਜਿਹੜਾ ਹੈ ਰਾਈਜ਼ੋਬੀਅਮ ਬੈਕਟੀਰੀਆ ਪਾਇਆ ਜਾਂਦਾ ਹੈ ਜਿਹੜਾ ਕਿ ਨਾਈਟ੍ਰੋਜਨ ਨੂੰ ਜਿਹੜਾ ਫਿਕਸ ਕਰ ਦਿੰਦਾ ਹੈ ਸੋਇਲ ਦੇ ਵਿੱਚ ਜਿਹੜਾ ਫਿਕਸ ਕਰ ਦਿੰਦਾ ਹੈ ਉਸ ਤੋਂ ਕਿ ਸੀਡ ਰੇਟ ਸੀਡ ਰੇਟ ਯਾਨੀ ਕਿ ਬੀਜ ਦੀ ਮਾਤਰਾ ਜਿਹੜੀ ਕਿੰਨੀ ਚਾਹੀਦੀ ਹੁੰਦੀ ਹੈ ਇਹ 12 ਤੋਂ 15 ਕਿਲੋ ਗ੍ਰਾਮ ਜਿਹੜਾ ਪਰ ਹੈਕਟੇਅਰ ਚਾਹੀਦਾ ਹੈ ਸਪੇਸਿੰਗ ਦੀ ਗੱਲ ਕਰੀਏ ਤਾਂ 60 ਗੁਣਾ ਜਿਹੜਾ 15 ਸੈਂਟੀਮੀਟਰ ਯਾਨੀ ਕਿ ਰੋਟ ਟੂ ਰੋਟ ਤੇ ਪਲਾਂਟ ਤੋਂ ਪਲਾਂਟ ਇਹ ਹੁੰਦਾ ਹੈ ਰੋਟ ਟੂ ਰੋ ਤੇ ਇਹ ਹੁੰਦਾ ਹੈ ਪਲਾਂਟ ਤੋਂ ਪਲਾਂਟ ਜਿਹੜਾ ਡਿਸਟੈਂਸ ਜਿਹੜਾ 60 ਤੋਂ 15 ਸੈਂਟੀਮੀਟਰ ਦਾ ਜੈਦਾ ਹੈ ਉਸ ਤੋਂ ਕੇ ਬੋਟੈਨੀਕਲ ਨੇਮ ਤੇ ਗੱਲ ਕਰੀਏ ਤਾਂ ਕਜਨਸ ਕਪਰੀ ਪੀ ਇਹਦਾ ਜਿਹੜਾ ਬੋਟੈਨੀਕਲ ਨੇਮ ਹੈ ਕਜਨਸ ਕੈਪਰੀ ਉਸ ਤੋਂ ਕੇ origin ਜਿਹੜਾ ਹੈ ਉਹ ਦੋਸਤੋ ਸਾਊਥ ਅਫਰੀਕਾ ਦੇ ਵਿੱਚ ਜਿਹੜਾ ਹੈ origin ਹੋਇਆ ਹੈ ਸੋਇੰਗ ਜਿਹੜੀ ਹੈ ਅਰਹਰ ਦੀ ਉਹ 15 ਜੂਨ ਤੱਕ ਕੀਤੀ ਜਾਂਦੀ ਹੈ ਪ੍ਰੋਡਕਸ਼ਨ ਜਿਹੜੀ ਹੈ ਯਾਨੀ ਕਿ ਝਾੜ ਜਿੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ ਜਿੱਥੇ ਸਭ ਤੋਂ ਜ਼ਿਆਦਾ ਵੇਚੀ ਜਾਂਦੀ ਹੈ ਦੋਸਤੋ ਯੂਪੀ ਦੇ ਵਿੱਚ ਹੈ ਉਸ ਤੋਂ ਅਗੇ ਪ੍ਰੋਟੀਨ ਜਿਹੜਾ ਕੰਟੈਂਟ ਹੈ ਅਰਰ ਦੇ ਵਿੱਚ ਉਹ 25% ਹੁੰਦਾ ਹੈ ਤੇ ਹਾਈएस्ट ਜਿਹੜੀ ਪ੍ਰੋਡਕਟਿਵਿਟੀ ਹੈ ਇਹ ਦੋਸਤੋ ਬਿਹਾਰ ਦੇ ਵਿੱਚ ਹੈ 1115 ਕਿਲੋਗ੍ਰam ਜਿਹੜੀ ਆਪਾਂ ਰੈਕਟੇਰ ਜਿਹੜਾ ਹੈ ਝਾੜ ਇਹ ਬਿਹਾਰ ਦੇ ਵਿੱਚ ਆਉਂਦਾ ਹੈ ਨੈਕਸਟ ਕ੍ਰੋਪ ਫਸਲ ਦੀ ਆਪਾਂ ਗੱਲ ਕਰਦੇ ਹਾਂ ਗਰਾਊਂਡ ਨਟ ਮੂੰਗਫਲੀ ਬਾਰੇ ਸਾਰਿਆਂ ਸੁਣਿਆ ਹੋਊਗਾ ਤੇ ਫਸਲ ਵੀ ਦੇ ਕੀ ਹੋ ਸਕਦੀ ਹੈ ਇਹਦਾ ਬੋਟੈਨੀਕਲ ਨੇਮ ਜਿਹੜਾ ਹੈ ਉਹ ਗਰਾਊਂਡਨਟ ਦਾ ਜਿਹੜਾ ਰੈਕਚਿਸ ਹਾਈਪੋਜੀਆ ਇਹ ਤੁਸੀਂ ਮੂੰਗਫਲੀ ਜਿਹਦੀ ਫਸਲ ਦੇਖ ਰਹੇ ਹੋ ਤੇ ਜਿਹੜਾ origin ਹੈ ਗਰਾਊਂਡਨਟ ਦਾ ਇਹ ਬ੍ਰਾਜ਼ੀਲ ਦੇ ਵਿੱਚ ਹੋਇਆ ਸੀ ਤੇ ਇਸ ਨੂੰ ਆਪਾਂ ਪੀਨਟ ਅਰਥਨਟ ਮੰਕੀਨਟ ਇਹ ਜਿਹੜੇ ਹੈ ਨਾਂ ਆਪਾਂ ਨੂੰ ਇਸ ਤੋਂ ਪਕਾਰ ਸਕਦੇ ਹਾਂ ਇਦੇ ਵਿੱਚ ਜਿਹੜਾ ਹੈ 45% ਜਿਹੜੇ ਬੀਜ ਦੇ ਵਿੱਚ ਮੂੰਗਫਲੀ ਦੇ ਜਿਹੜੇ ਬੀਜ ਹੁੰਦਾ ਹੈ ਇਸ ਦੇ ਵਿੱਚ ਜਿਹੜਾ 45% ਜਿਹੜਾ ਤੇਲ ਹੁੰਦਾ ਹੈ ਤੇ 26% ਜਿਹੜੀ ਪ੍ਰੋਟੀਨ ਪਾਈ ਜਾਂਦੀ ਹੈ ਜੀ ਬੀਜ ਦੀ ਆਪਾਂ ਗੱਲ ਕਰੀਏ ਤਾਂ 80 ਤੋਂ ਲੈ ਕੇ 100 ਕਿਲੋਗ੍ਰam ਜਿਹੜਾ ਹੈ ਇੱਕ ਕਿੱਲੇ ਦੇ ਵਿੱਚ ਜਿਹੜਾ ਹੈ ਬੀਜ ਵਰਤਿਆ ਜਾਂਦਾ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸੋਇਂਗ ਟਾਈਮ ਜਿਹੜੀ ਹੈ ਉਹ ਲਾਸਟ ਵੀਕ ਆਫ ਮਈ ਯਾਨੀ ਕਿ ਮਈ ਦੇ ਜਿਹੜਾ 15 ਤੋਂ ਬਾਅਦ 15 ਤਰੀਕ ਤੋਂ ਬਾਅਦ ਜਿਹੜਾ ਹੈ ਇਸ ਨੂੰ ਵਿਜੇ ਜਾਂਦਾ ਤੇ 1 ਜੂਨ ਤੋਂ ਜਿਹੜਾ ਹੈ ਯਾਨੀ ਕਿ 1 ਤੋਂ 15 ਜੂਨ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈ ਇਸ ਨੂੰ ਸੋਇੰਗ ਕੀਤੀ ਜਾਂਦੀ ਹੈ ਇਸ ਦੇ ਵਿੱਚ ਬੰਚ ਟਾਈਮ ਤੇ ਇਰੈਕਟ ਟਾਈਪ ਹੁੰਦੀ ਹੈ ਬੰਚਡ ਗੁੱਛੇਦਾਰ ਜਿਹੜੀ ਗੁੱਛੇਦਾਰ ਜਿਹੜੀਆਂ ਮੂੰਗਫਲੀਆਂ ਲੱਗਦੀਆਂ ਨੇ ਜਾਂ ਗੁੱਛੇਦਾਰ ਜਿਹੜਾ ਹੈ ਪਲਾਂਟ ਹੁੰਦਾ ਹੈ ਇਸ ਜਿਹੜੀ ਸਪੀਸੀਸ ਨੇ ਰੈਚਿਸ ਹਾਈਪੋਜੀਆ ਫੈਸਟੀਗੇਟਾ ਸਪਰੈਡਿੰਗ ਜਿਹੜੀ ਹੈ ਕਿ ਫੈਲਦੀਆਂ ਨੇ ਜਿਹੜੀ ਮੂੰਪਲੀ ਦੀ ਫਸਲ ਉਹ ਫੈਲਦੀ ਜ਼ਿਆਦਾ ਹੈ ਇਸ ਦੀ ਜਿਹੜੀ ਸਪੀਸੀਜ਼ ਹੈ ਰੈਚਿਸ ਹਾਈਪੋਜੀਅਰ ਪ੍ਰੋਕੁੰਬੰਸ ਹੈ ਜਿਹੜੀ ਉਹ ਸਪੀਸੀਜ਼ ਨੇ ਉਸ ਤੋਂ ਆਇਮਪੋਰਟਡ ਵੈਰਾਈਟੀਆਂ ਕਿਹੜੀ ਕਿਹੜੀ ਨੇ ਬੰਚ ਟਾਈਪ ਦੇ ਵਿੱਚ ਜੋਤੀ ਹੋ ਗਈ ਸਪਰੈਡਿੰਗ ਟਾਈਪ ਦੇ ਵਿੱਚ ਚੰਦਰਾ ਜਿਹੜੇ ਦੋ ਵੈਰਾਈਟੀਆਂ ਨੇ ਕਿਸਮਾਂ ਨੇ ਉਸ ਸਟ੍ਰੇਟ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜਾ ਹੈ ਮੂੰਗਫਲੀ ਕਿੱਥੇ ਬੀਜੀ ਕਿੱਥੇ ਹੁੰਦੀ ਹੈ ਦੋਸਤੋ ਗੁਜਰਾਤ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਆਇਲ ਪਰਸੈਂਟੇਜ ਦੀ ਗੱਲ ਕਰੀਏ 40 ਤੋਂ 45% ਉਹ ਤੇਲ ਪਾਇਆ ਜਾਂਦਾ ਹੈ ਮੂੰਗਫਲੀ ਦੇ ਵਿੱਚ ਜਿਹੜਾ ਖੱਟਾਪਨ ਹੁੰਦਾ ਬਿਟਰਨੈਸ ਹੁੰਦੀ ਹੈ ਦਾਣਿਆਂ ਦੇ ਵਿੱਚ ਇਹ ਦੋਸਤੋ ਐਫਟੋਕਸਿਨ ਦੇ ਕਾਰਨ ਹੁੰਦੀ ਹੈ ਗਾਇਨੋਫੋਰਸ ਆਫ ਗਰਾਊਂਡਨਟ ਆਰ ਨੋਨ ਐਸ ਪੈਗ ਇਹ ਤੁਹਾਨੂੰ ਮੈਂ ਪਿਕਚਰ ਦੇ ਵਿੱਚ ਦਿਖਾ ਦਿੰਦਾ ਹਾਂ ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਮੂੰਗਫਲੀ ਹੈ ਜਿਸ ਦੇ ਨਾਲ ਅਟੈਚ ਹੋਈ ਹੋਈ ਹੈ ਉਸ ਨੂੰ ਆਪਾਂ ਪੈਗ ਕਹਿ ਦਿੰਦੇ ਹਾਂ ਤੇ ਪੀਨਟ ਜਿਹੜਾ ਹੈ ਮੂੰਗਫਲੀ ਨੂੰ ਆਪਾਂ ਕਹਿ ਦਿੰਦੇ ਹਾਂ ਇਹ ਸਾਰੇ ਜਿਹੜਾ ਹੈ ਇਹ ਰੂਟ ਸਿਸਟਮ ਹੈ ਮੂੰਗਫਲੀ ਦਾ ਇਹਦੇ ਵਿੱਚ ਜਿਹੜਾ ਨੋਡਿਊਲਸ ਪ੍ਰੈਜ਼ెంట్ ਹੁੰਦੇ ਨੇ ਜਿਹੜਿਆ ਐਟਮੋਸਫੇਰਿਕ ਜਿਹੜੀ ਨਾਈਟ੍ਰੋਜਨ ਉਸ ਨੂੰ ਫਿਕਸ ਕਰਕੇ ਜਿਹੜਿਆ ਹੈ ਸੋਇਲ ਦੇ ਵਿੱਚ ਪਾਉਂਦੇ ਨੇ ਅੱਗੇ ਹੈ ਦੋਸਤੋ ਜਿਹੜੇ ਮੂੰਗਫਲੀ ਦੇ ਜਿਹੜੇ ਪੱਤੇ ਜਿਹੜੇ ਪੀਲੇ ਹੋ ਜਾਂਦੇ ਨੇ ਇਹ ਦੋਸਤੋ ਆਇਰਨ ਦੀ ਜਿਹੜੀ ਜਦੋਂ ਕਮੀ ਆ ਜਾਵੇ ਤਾਂ ਮੂੰਗਫਲੀ ਦੇ ਜਿਹੜੇ ਪੱਤੇ ਪੀਲੇ ਪੈ ਜਾਂਦੇ ਨੇ ਉਸ ਤੋਂ ਬਾਅਦ ਸਪੇਸਿੰਗ ਜਿਹੜੀ ਗਰਾਊਂਡ ਨਟ ਦੇ ਵਿੱਚ ਉਹ ਦੋਸਤੋ 30 10 ਸੈਂਟੀਮੀਟਰ ਦੀ ਹੁੰਦੀ ਹੈ ਜਿਹੜਾ ਹੈ ਫਰੂਟ ਯਾਨੀ ਕਿ ਮੂੰਗਫਲੀ ਦਾ ਜਿਹੜਾ ਹੈ ਫਰੂਟ ਦੋਸਤੋ ਆਪਾਂ ਨੱਟ ਕਹਿ ਦਿੰਦੇ ਹਾਂ ਹਰਬੀਸਾਈਡ ਜਿਹੜੀ ਯੂਜ਼ਡ ਹੁੰਦੀ ਹੈ ਯਾਨੀ ਕਿ ਜਿਹੜੀ ਕਾ ਬਗੈਰਾਂ ਨੂੰ ਮਾਰਨ ਵਾਸਤੇ ਜਿਹੜੀ ਸਪਰੇ ਕਿਤੇ ਜਾਂਦੀ ਹੈ ਮੰਗਫਲੀ ਦੇ ਵਿੱਚ ਉਸ ਦਾ ਨਾਮ ਹੈ ਦੋਸਤੋ ਟੋਕ E25 ਟੋਕ E25 ਮੈਜਰ ਪੈਸਟ ਜਿਹੜੀ ਹੈ ਗਰਾਊਂਡ ਦੇ ਵਿੱਚ ਉਸ ਤੋਂ ਦੋਸਤੋ ਵਾਈਟ ਗਰੱਬ ਆਉਂਦੀ ਹੈ ਬੱਡ ਮੈਕਰੋਸਿਸ ਮੈਕਰੋਸਿਸ ਮਤਲਬ ਤੁਹਾਨੂੰ 10 ਦਿਨਾਂ ਕੀ ਜਿਹੜੀ ਸੈਲਸ ਜਿਹੜੀ ਹੈ ਡੈਥ ਹੋ ਜਾਂਦੀ ਉਸ ਨੂੰ ਦੋਸਤੋ ਨੈਕ੍ਰੋਸਿਸ ਕੀਆ ਜਾਂਦਾ ਹੈ ਤੇ 옐ਲੋਇੰਗ ਆਫ ਲੀव्स ਜਿਹੜਾ ਹੋ ਜਵੇ ਤਾਂ ਉਸ ਨੂੰ ਆਪਾਂ ਕਲੋਰੋਸਿਸ ਕਹਿੰਦੇ ਹਾਂ ਕਲੋਰੋਸਿਸ ਇਹ ਜਿਹੜੀ ਹੈ ਬੱਡ ਨੈਕ੍ਰੋਸਿਸ ਜਿਹੜੀ ਆਉਂਦੀ ਹੈ ਗਰਾਊਂਡ ਦੇ ਵਿੱਚ ਗਰਾਊਂਡ ਨਟ ਦੇ ਵਿੱਚ ਇਹ ਦੋਸਤੋ ਥ੍ਰਿਪਸ ਚਿੱਲੇ ਜਿਹੜਾ ਤੇਲੇ ਚੱਪੇ ਦੇ ਕਾਰਨ ਆਉਂਦੀ ਹੈ ਨੈਕਸਟ ਗਰੁੱਪ ਹੈ ਦੋਸਤੋ ਸੋਇਆਬੀਨ ਸੋਇਆਬੀਨ ਜਿਹੜਾ ਹੈ ਬੋਟੈਨੀਕਲ ਨੇਮ ਇਹਦਾ ਗਲਾਈਸਿਨ ਮੈਕਸ ਹੈ ਇਹ ਤੁਸੀਂ ਸੋਇਆਬੀਨ ਦੀ ਜਿਹੜੀਆਂ ਫੁਲੀਆਂ ਦੇਖ ਰਹੇ ਹਾਂ ਇਸ ਪਿਕਚਰ ਦੇ ਵਿੱਚ ਤੁਸੀਂ ਸੋਇਆਬਿੰਦੀ ਜਿਹੜੀ ਹੈ ਫਸਲ ਦੇਖ ਸਕਦੇ ਹਾਂ ਇਸ ਨੂੰ ਆਪਾ ਦੋਸਤੋ ਐਜ਼ ਅ ਵੰਟਰ ਵੰਡਰ ਕ੍ਰੋਪ ਵੀ ਕਹਿ ਦਿੰਦੇ ਹਾਂ ਜਾਂ ਇਸ ਨੂੰ येलो ਜੈਲ येलो ਜਵਲ ਵੀ ਕਹਿ ਦਿੰਦੇ ਹਾਂ ਇਹਦਾ ਜਿਹੜਾ ਪਹਿਲਾ ਰੈਂਕ ਹੈਗਾ ਵੈਜੀਟੇਬਲ ਔਇਲ ਦੇ ਵਿੱਚ ਯਾਨੀ ਕਿ ਜਿਸ ਤੋਂ ਆਪਾਂ ਔਇਲ ਵੀ ਮਿਲਦਾ ਹੈ ਤੇ ਨਾਲ ਦੀ ਨਾਲ ਜਿਹੜੀ ਹੈ ਇਹ ਪਲਸਿਸ ਵੀ ਜਿਹੜੀ ਮੰਨੀ ਜਾਂਦੀ ਹੈ ਯਾਨਕੀ ਐਜ਼ ਅ ਇਸ ਨੂੰ ਆਪਾਂ ਦਾਲਾਂ ਦੀ ਤੌਰ ਤੇ ਵੀ ਯੂਜ਼ ਕਰਦੇ ਹਾਂ origin ਦੋਸਤੋ ਇਹਦਾ ਚਾਈਨਾ ਦੇ ਵਿੱਚ ਹੋਇਆ ਹੈ ਵੈਰਾਈਟੀਆਂ ਦੇ ਆਪਾਂ ਗੱਲ ਕਰੀਏ ਤਾਂ ਜਿਹੜੀ ਯੂਐਸ ਤੋਂ ਜਿਹੜੀ ਆਪਾਂ ਇੰਟਰੋਡਿਊਸ ਕਰ ਜਿਹੜੀ ਵੈਰਾਈਟੀਆਂ ਕੀਤੀਆਂ ਨੇ ਉਸ ਦਾ ਬ੍ਰੈਗਲੀ ਕੈਂਟ ਬ੍ਰੈਗਲੀ ਕੈਂਟ ਹੋ ਗਿਆ ਜਿਹੜੀ ਬਲੈਕ ਹਰਟ ਹੋ ਗਈ ਇਹਦੇ ਜਿਹੜੀ ਡਿਜ਼ੀਜ਼ ਆ ਜਿਹੜੀ ਸੌਰੀ ਕਿਸਮਾਂ ਨੇ ਉਸ ਦਾ ਇੰਡੀਆ ਦੀ ਜਿਹੜੀ ਵੈਰਾਈਟੀ ਨੇ ਦੋਸਤੋ ਸ਼ਿਲਾਜੀਤ ਹੋਗੀ ਅਲੰਕਾਰ ਅੰਕੁਰ 51 ਇਹ ਸਾਰੀਆਂ ਜਿਹੜੀਆਂ ਵੈਰਾਈਟੀਆਂ ਨੇ ਉਸ ਤੋਂ ਅੱਗੇ ਦੋਸਤੋ ਸੀਡ ਤੇ ਸੋਇੰਗ ਜਿਹੜਾ ਟਾਈਮ ਉਹ ਕੀ ਹੈ 3rd ਵੀਕ ਆਫ ਜੂਨ ਯਾਨੀ ਕਿ ਜੂਨ ਦਾ ਜਿਹੜਾ ਤੀਜਾ ਹਫਤਾ ਹੈ ਉਸ ਤੋਂ ਆਪਾਂ ਸਟਾਰਟ ਜਿਹੜਾ ਕਰਦੇ ਹਾਂ ਇਹਦੀ ਸੋਇੰਗ ਵਿਜਾਈ ਤੇ ਫਰਸਟ ਫੋਰਨਾਈਟ ਆਫ ਜਿਹੜਾ ਜੁਲਾਈ ਯਾਨੀ ਕਿ ਪਹਿਲਾ ਜਿਹੜਾ 15ਵਾਂ ਹੈ ਜੁਲਾਈ ਦਾ ਉੱਤੇ ਉੱਥੇ ਤੱਕ ਜਿਹੜਾ ਆਪਾਂ ਇਹਦੀ ਸੋਇੰਗ ਕਰਦੇ ਹਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਸੋਇੰਗ ਜਿਹੜੀ ਹੈ ਵਿਜਾਈ ਕਰਦੇ ਹਾਂ ਸਪੇਸਿੰਗ ਜਿਹੜੀ ਗੱਲ ਕਰੀਏ 45 ਤੋਂ ਲੈ ਕੇ 60 ਸੈਂਟੀਮੀਟਰ ਤੋਂ ਅਦੀ ਜਿਹੜੀ ਹੈ ਦੇ 15 ਤੋਂ 20 ਸੈਂਟੀਮੀਟਰ ਦੇ ਵਿੱਚ ਕਰ ਜਿਹੜੀ ਹੈ ਇਹਦੀ ਸਪੇਸਿੰਗ ਰੱਖੀ ਜਾਂਦੀ ਹੈ ਸੀਡ ਰੇਟ ਸੀਡ ਰੇਟ ਦੀ ਗੱਲ ਕਰੀਏ 70 ਤੋਂ 80 ਜਿਹੜਾ ਕਿਲੋ ਹੈ ਪਰ ਹੈਕਟੇਅਰ ਜਿਹੜਾ ਵਰਤੇ ਜਾਂਦਾ ਹੈ ਇੱਕ ਹੈਕਟੇਅਰ ਦੇ ਵਿੱਚ ਜਿਹੜਾ ਹੈ ਯਾਨੀ ਕਿ ਟਾਈ ਕਿਲਿਆਂ ਦੇ ਵਿੱਚ ਜਿਹੜੀ ਪlant population ਦੀ ਗੱਲ ਕਰੀਏ ਕਿੰਨੇ ਪlant ਜਿਹੜੇ ਆ ਸਕਦੇ ਨੇ ਕਿੰਨੇ ਬੁੱਟੇ ਆ ਸਕਦੇ ਨੇ ਇਹ ਦੋਸਤੋ ਇਹ ਬੁੱਟੇ ਆ ਸਕਦੇ ਨੇ ਯਾਨੀ ਕਿ ਤਿਲਕ ਦੇ ਜਿਹੜੇ ਨਿਰਤਲੇ ਬੁੱਟੇ ਆ ਸਕਦੇ ਨੇ ਉਸ ਤੋਂ ਗਿਆ ਦੋਸਤੋ ਇਨ ਫਲੋਰਸੈਂਸ ਰਸੀਮ ਇਨ ਫਲੋਰਸੈਂਸ ਜਿਹੜੀ ਹੈ ਜਿਹੜੀ ਸੋਇਆਬਿੰਦੀ ਇਨ ਫਲੋਰਸੈਂਸ ਉਸ ਨੂੰ ਰਸੀਮ ਕਿਹਾ ਜਾਂਦਾ ਹੈ ਜਿਹੜਾ ਫਰੂਟ ਟਾਈਪ ਹੁੰਦਾ ਹੈ ਜੋ ਪਿਕਚਰ ਦੇ ਵਿੱਚ ਤੁਸੀਂ ਦੇਖਿਆ ਹੋਣਗੇ ਫਲੀਆਂ ਉਸ ਨੂੰ ਆਪਾਂ ਪੌਡ ਕਹਿੰਦੇ ਹਾਂ ਤੇ ਇੱਕ ਦੋਸਤੋ C3 ਤੇ ਛੋਡੇ ਪਲਾਂਟ ਹੈ ਨੈਕਸਟ ਗਰੁੱਪ ਦੀ ਆਪਾਂ ਗੱਲ ਕਰਦੇ ਹਾਂ ਮੂੰਗੀ ਮੂੰਗੀ ਤੁਸੀਂ ਸਾਰਿਆਂ ਨੇ ਫਸਲ ਜਿਹੜੀ ਹੈ ਦੇਖੀ ਹੋਗੀ ਮੂੰਗੀ ਨੂੰ ਜਿਹੜਾ ਬੋਟੈਨੀਕਲ ਨੇਮ ਆ ਉਹਦਾ ਵਿਗਨੈਰੀਟੀਟਾ ਹੈ ਇਹ ਮੂੰਗੀ ਦੀ ਫਸਲ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਫੜੀਆਂ ਨੇ ਇਹ ਜਿਹੜੀਆਂ ਮੂੰਗੀ ਦੀਆਂ ਫੜੀਆਂ ਨੇ ਇਸ ਨੂੰ ਆਪਾਂ ਪੋੜ ਕਹਿ ਦਿੰਦੇ ਹਾਂ ਇਹਦਾ ਜਿਹੜਾ ਸੀਡ ਰੇਟ ਹੈ ਇਹ ਦੋਸਤੋ 8 ਕਿਲੋ ਜਿਹੜਾ ਹੈ ਪਰ ਏਕੜ ਯਾਨੀ ਕਿ 1 ਕਿੱਲੇ ਦੇ ਵਿੱਚ ਜਿਹੜਾ 8 ਕਿਲੋ ਬੀਜ ਵਰਤੇ ਜਾਂਦਾ ਹੈ ਇਸ ਦੀ ਜਿਹੜੀ ਸੋਇੰਗ ਯਾਨੀ ਕਿ ਬਿਜਾਈ ਮਈ ਜੂਨ ਦੇ ਮਹੀਨੇ ਦੇ ਵਿੱਚ ਕੀਤੀ ਜਾਂਦੀ ਹੈ ਵੈਰਾਈਟੀ ਦੀ ਜੇ ਆਪਾਂ ਗੱਲ ਕਰੀਏ ਤੇ ਵੈਰਾਈਟੀ ਇਹਦੇ ਵਿੱਚ ਪੀਏਯੂ नौ सौ ग्यारह एम एल अठ सौ अठारह छे सौ तेरह यी वरायटी है बहुत इंपोर्टेंट है योस्तो ये शोड डोरेशन जो आप वरायटी की गल करिए कि जी वरायटी जी किस्म घट लेंदी है पकड़ के लिए ये जी वरायटी दिलाया ना है एस एम एल छे सौ अठाहठ योस्तों करीब करीब सठ तो पैंठ दिन ही जी है वरायटी पकड़ ल सिर्फ मंग जी मूंग के आई जी इंपोर्टेंट वरायटी है जिस त्वेश्चन तो बन सकता है ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਜਿੱਦੇ ਵਿੱਚ ਆਪਾਂ ਰਬੀ ਕ੍ਰੌਪਸ ਦੇ ਬਾਰੇ ਗੱਲ ਕਰਾਂਗੇ ਯਾਨੀ ਕਿ ਹੜੀ ਦੀ ਜਿਹੜੇ ਫਸਲਾਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਮੈਂਟ ਜਿਹੜਾ ਚੈਨਲ ਨੂੰ ਉਹ ਤੁਸੀਂ ਕਰੋ ਕਿਉਂਕਿ ਜਿਹੜਾ ਪਟਵਾਰੀ ਦਾ ਜਿਹੜਾ ਇਸ ਵੀਡੀਓ ਦੇ ਰਾਹੀਂ ਤੋਂ ਹੋਰ ਬੱਚਿਆਂ ਦਾ ਜਿਹੜਾ ਹੈ ਉਹ ਵੀ ਫਾਇਦਾ ਹੋ ਸਕੇ ਧੰਨਵਾਦ